ਨਹੀਂ ਪੁੱਠੀ ਸਿੱਧੀ ਗੱਲ ਤਾਂ ਕਾਹਨੂੰ ਕਰਦੀ ਆ, ਕੇਰਾਂ ਤਾਂ ਮੈਂ ਸੋ ਬੋਲ ਲੈ ਕੇ ਆਊਂਗੀ, ਸੁਣ ਕੇ ਆਊਂਗੀ ਉਹਨਾਂ ਦੀਆਂ ਵੀ ਕਿਵੇਂ ਐ ਕੀ ਨਾ, ਤੇ ਹਾਂ ਦਾ ਨਾਰਾ ਹੀ ਮਾਰੂੰਗੀ ਭਾਈ ਮਾੜਾ ਕੀਤਾ ਕਿਉਂ ਕੱਢਤੀ। ਸਹੀ ਗੱਲ, ਇੰਨੇ ਸਾਲਾਂ ਦੀ ਬੈਠੀ ਬਿਠਾਈ, ਤੂੰ ਤਾਂ ਜਾ ਬੇਅੰਤ ਕੋਲੇ ਤੇ ਫਿਰ ਮੈਂ ਜਾ ਕੇ ਉਹ ਛੋਟੀ ਬਹੂ ਲਵੇ। ਅੱਜੀ ਆ ਹੁਣ ਅਗਲੀ ਦੀ, ਆਪਾਂ ਤਾਂ ਕਹਿੰਦੇ ਆ ਵੀ ਹੁਣ ਆਪਦਾ ਭਾਈ ਤੁਸੀਂ ਹੱਸੋ ਖੇਡੋ, ਆਪਦਾ ਘਰ ਵਸਾਓ। ਖੁਸ਼ੀਆਂ ਦਾ ਭੂਆ ਵਰਗਿਆਂ ਨਾਲ ਹੀ ਬਾਗੀਆਂ ਬਾਪੂ, ਖੁਸ਼ੀਆਂ ਕਿੱਥੇ ਰਹਿ ਗਈਆਂ ਹੁਣ ਇੱਥੇ। ਚਲੋ ਕੋਈ ਨੀ, ਫਿਰ ਕੀ ਹੋ ਗਿਆ, ਉਹ ਘਰੋਂ ਗਏ ਨੇ ਦੁਬਾਰੋ ਆ ਜਾਣਗੇ। ਹੈ ਇੱਕ ਤਾਂ ਰੱਬ ਨੇ ਨਾ ਆਹ ਨੇਰ ਚਲਾ ਰੱਖਿਆ। ਉਹ ਮੇਰੀ ਗੱਲ ਸੁਣੋ ਜੀ। ਹਾਂ ਤੁਹਾਨੂੰ ਕਿਸੇ ਗੱਲ ਦਾ ਪਤਾ ਹੈ? ਕਿਹੜੀ ਗੱਲ ਦਾ? ਆਪਣੇ ਪਹਿਲੇ ਘਰ ਆਏ ਦੇ ਕੀ ਹੋ ਗਿਆ ਉਹਨਾਂ ਦੇ? ਬੇ ਹੁਣ ਨੂੰ ਕਿਹੜਾ ਕੋਈ ਕਸਰ ਹੈਗੀ, ਆਮਣ ਦੀਦੀ ਤੇ ਰਾਜ ਬਾਗੇ। ਲਾ ਇਹਦੇ 'ਚ ਕਿਹੜਾ ਕੋਈ ਨਵੀਂ ਗੱਲ ਆ, ਆ ਕੱਲ ਨੂੰ ਫੇਰ ਇੱਥੇ ਹਣਕਣਗੇ ਉਹ। ਓਹੋ ਐਂ ਕਿਵੇਂ ਹਿਣਕਣਗੇ, ਸਦਾ ਵਾਸਤੇ ਵਾਗੇ ਸਦਾ ਵਾਸਤੇ। ਲੈ ਸੌ ਖਾ ਨਾ, ਤੂੰ ਕਾਹਤੋਂ ਐਂ ਜੇ ਚੌਂਕਿਆ? ਤੈਨੂੰ ਨਹੀਂ ਪਤਾ, ਇਹ ਤਾਂ ਮੇਰਾ ਬਾਹਲਾ ਪੁਰਾਣਾ ਟਾਰਗੇਟ ਸੀ। ਚੱਲ ਸ਼ੁਕਰ ਆ ਰੱਬ ਦਾ, ਨਿਸ਼ਾਨਾ ਸਹੀ ਟਿਕਾਣੇ 'ਤੇ ਲਾਇਆ ਹੁਣ ਉਹਨੇ। ਨਾ ਤੇਰਾ ਟਾਰਗੇਟ ਕਿਵੇਂ? ਉਹ ਤੇਰੇ ਦਿਮਾਗ 'ਚ ਨਹੀਂ ਵੜਦੀ ਗੱਲ, ਇਹ ਤੈਨੂੰ ਕੀ ਸਮਝਾਵਾਂ ਮੈਂ ਦੱਸ। ਨਹੀਂ ਇਹਦਾ ਮਤਲਬ ਵੀ ਤੂੰ ਵੀ ਸਾਡੀ ਪਾਰਟੀ ਦਾ ਬੰਦਾ। ਪਾਰਟੀ ਕਿਵੇਂ? ਮੈਂ ਤੇ ਬੀਬੀ, ਇਹਦਾ ਟਾਰਗੇਟ ਸਾਡਾ ਸੀ, ਆ ਤੂੰ ਕਦੋਂ ਤੋਂ ਸ਼ਾਮਿਲ ਹੋ ਗਿਆ ਉਹ ਵੀ ਬਿਨਾਂ ਦੱਸੇ। ਅੱਛਾ ਇਹਦਾ ਮਤਲਬ ਬੀਬੀ ਨੇ ਤੈਨੂੰ ਸਾਰੀ ਗੱਲ ਦੱਸਤੀ? ਪਰ ਤੈਨੂੰ ਨਹੀਂ ਪਤਾ, ਮੇਰਾ ਤੇ ਬੀਬੀ ਦਾ ਇਹ ਬਾਹਲੇ ਪੁਰਾਣਾ ਟਾਰਗੇਟ ਆ। ਸਾਨੂੰ ਤਾਂ ਇਹ ਸੀ ਵੀ ਇੱਥੋਂ ਇਹ ਨਿਕਲਣ ਕਦੋਂ ਅਤੇ ਸਾਨੂੰ ਕਦੋਂ ਮੌਕਾ ਮਿਲੇ। ਹੁਣ ਤਾਂ ਤੂੰ ਇਹ ਸਮਝ ਲਾ, ਜੱਟ ਦੇ ਪੈਰ ਥੱਲੇ ਬਟੇਰਾ ਆ ਗਿਆ। ਹੁਣ ਆ ਬਟੇਰਾ ਇਹ ਕਿੱਥੋਂ ਆ ਗਿਆ? ਉਹ ਤੈਨੂੰ ਨਹੀਂ ਪਤਾ, ਬਟੇਰਾ ਇਹਨਾਂ ਦੀ ਜ਼ਮੀਨ ਜਾਇਦਾਦ ਸਾਰਾ ਦੇਖ ਲਾ, ਨਾਗ ਬਣੇ ਬੈਠੇ ਸੀ ਨਾ ਦੋਨੇ। ਐਸੀ ਬੀਨ ਬਜਾਈ, ਐਸੀ ਬੀਨ ਬਜਾਈ ਤੁਸੀਂ, ਘੱਟੋ ਘੱਟ ਹੁਣ ਉਹ ਟਿੱਕਾ ਤਾਂ ਨਹੀਂ ਲਾਉਣਗੇ। ਵੇ ਤੂੰ ਤੇ ਤੇਰੀ ਮਾਂ ਨੇ ਰਲ ਕੇ ਹੁਣ ਤੱਕ ਬੀਨ ਇਹ ਬਜਾਈ ਤੀ, ਸੱਪ ਤੇ ਸੱਪਣੀ ਨਹੀਂ ਤੁਹਾਡੇ ਤੋਂ ਕੀ ਲੈ ਗਏ, ਜਿਹੜਾ ਕੰਮ ਇੱਥੇ ਆ ਕੇ ਮੈਂ ਕਰਿਆ। ਓਏ ਚੱਲ ਫਿਰ, ਤੂੰ ਕਿਹੜਾ ਗੋਰਖਨਾਥ ਦੀ ਚੇਲੀ ਆ, ਹੋਰ ਹੀ ਲੈ ਗਈ ਬਹਿ ਗਈ ਗੱਲਾਂ ਲੈ ਕੇ ਮੇਰੇ ਕੋਲੇ। ਫਿਰ ਤੁਹਾਡੇ ਤਾਂ ਹੁਣ ਤੱਕ ਸਵਾਹ ਉੱਡੀ ਨਹੀਂ ਤੀ, ਇਹ ਸਾਰੀ ਸਕੀਮ ਬੀਬੀ ਨੂੰ ਮੈਂ ਦੱਸੀ ਤੀ, ਫਿਰ ਸਕੀਮ ਜਾ ਕੇ ਕਾਮਯਾਬ ਹੋਈ ਹੈ, ਮਿਹਨਤ ਤਾਂ ਇਹ ਤੇ ਮੈਂ ਕਰੀਏ ਪੂਰੀ, ਸ਼ਵਾਸੇ ਦੀ ਹੱਕਦਾਰ ਹੁਣ ਮੈਂ ਆ। ਓਏ ਚੱਲ ਠੀਕ ਆ, ਸ਼ਾਬਾਸ਼ੇ, ਤੂੰ ਉਹਨਾਂ ਨੂੰ ਇੱਥੋਂ ਭਜਾਤਾ, ਤੇਰਾ ਬਹੁਤ ਬਹੁਤ ਧੰਨਵਾਦ। ਹੋਰ? ਬਸ ਕੱਲਾ ਧੰਨਵਾਦ ਏ, ਹੋਰ ਤੈਨੂੰ ਕੀ ਚਾਹੀਦਾ ਹੁਣ? ਜੇ ਮੈਂ ਤਾਂ ਐਂ ਕਹਿੰਦੀ ਤੀ, ਮੇਰੇ ਨਾ ਪੈਰ ਸੁੰਨੇ ਸੁੰਨੇ ਨੇ, ਝਾਂਜਰੀ ਕਰਾ ਦੇ। ਲੈ ਝਾਂਜਰਾਂ ਦੀ ਕੀ ਗੱਲ ਬੱਲੀ ਹੈ, ਤੈਨੂੰ ਸੋਨੇ ਚੰਬੜਾ ਦੂੰ ਸਾਰੀ। ਸੱਚੀ? ਲੈ ਹੋਰ, ਹੁਣ ਸਾਰਾ ਕੁਛ ਤਾਂ ਆਪਣਾ। ਨਹੀਂ ਹੁਣ ਇਹਦਾ ਆਪਾਂ ਨੂੰ ਪੂਰਾ ਫਾਇਦਾ ਹੋਊਗਾ। ਲੈ ਨੁਕਸਾਨ ਕਿਸੇ ਨੂੰ ਹੁੰਦਾ ਹੁੰਦਾ ਜ਼ਮੀਨ ਦਾ ਭਲਾ? ਚੱਲ ਠੀਕ ਹੈ ਫਿਰ, ਹੁਣ ਨਾ ਮੈਨੂੰ ਰੋਕ ਟੋਕ ਜੀ ਕਰਿਆ ਕਰੋ ਨਾਲੇ, ਵੀ ਆਹ ਚੀਜ਼ ਲੈਣੀ ਹੈ ਜਾਂ ਆਹ ਚੀਜ਼ ਨਹੀਂ ਲੈਣੀ। ਹੁਣ ਤਾਂ ਆਪਣੀਆਂ ਦਸ ਦੀਆਂ ਦਸ ਉਂਗਲਾਂ ਘਿਓ 'ਚ ਨੇ। ਦਸੇ ਨਹੀਂ, ਹੁਣ ਤਾਂ ਬੀਹੇ ਘਿਓ 'ਚ ਨੇ। ਤੂੰ ਇਹ ਮੰਨ ਵੀ ਜਦੋਂ ਵੀ ਤੂੰ ਉੱਧਰ ਜਾਣਾ ਤਾਂ ਮੈਥੋਂ ਸਕੀਮ ਲੈ ਕੇ ਜਾਣਾ, ਤੈਨੂੰ ਨਵੀਂ ਜੁਗਤ ਦਿਆ ਕਰੂੰ ਮੈਂ। ਬੇ ਬਸ ਕਰ ਬਹਿ ਜਾ, ਪਹਿਲਾਂ ਤੁਹਾਡੀਆਂ ਸਕੀਮਾਂ ਨੇ ਕੰਮ ਨਹੀਂ ਕੀਤਾ, ਆਹ ਮੇਰੀਆਂ ਸਕੀਮਾਂ ਨੇ ਕੰਮ ਕੀਤਾ ਜਿਹੜਾ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ। ਤੁਹਾਡੀਆਂ ਸਕੀਮਾਂ ਤਾਂ ਹੁਣ ਤੱਕ ਫੇਲ ਹੀ ਰਹੀਆਂ ਨੇ, ਕਾਮਯਾਬ ਤਾਂ ਮੇਰੇ ਵਾਲੀਆਂ ਸਕੀਮਾਂ ਹੋਈਆਂ ਨੇ। ਮੈਂ ਤਾਂ ਆਪਦੀਆਂ ਸਕੀਮਾਂ ਆਪੇ ਕਢਿਆ ਕਰੂੰ, ਤੁਸੀਂ ਮੇਰੇ ਵਾਲੀਆਂ ਸਕੀਮਾਂ 'ਤੇ ਅਸਰ ਕਰਿਆ ਕਰੋ। ਉਹ ਕਿਤੇ ਉਹ ਨਾ ਸਕੀਮ ਪੁੱਠੀ ਪੈ ਜੇ ਤੇਰੀ, ਪਤਾ ਹੀ ਹੁੰਦਾ ਮੈਨੂੰ ਬੁੜੀਆਂ ਦਾ, ਉਹ ਦਿਮਾਗ ਛੋਟਾ ਹੀ ਹੁੰਦਾ ਤੁਹਾਡੇ। ਚਾਹੇ ਦਿਮਾਗ ਛੋਟਾ ਚਾਹੇ ਦਿਮਾਗ ਵੱਡਾ, ਪਰ ਬੁੜੀਆਂ ਦਾ ਜਿੰਨਾ ਦਿਮਾਗ ਕੰਮ ਕਰਦਾ ਨਾ, ਉਹਨਾਂ ਅੱਜ ਤੱਕ ਤੇਰਾ ਦਿਮਾਗ ਨਹੀਂ ਕੰਮ ਕਰ ਸਕਿਆ। ਓਏ ਚੱਲ ਚੰਗਾ, ਐਂ ਦੱਸ ਫਿਰ ਖਾਣਾ ਕੀ? ਅੱਜ ਤਾਂ ਮੈਨੂੰ ਬਾਹਲੀ ਖੁਸ਼ੀ ਚੜੀ ਪਈ ਆ, ਵਾਗੇ ਉਹ ਦੁਸ਼ਮਣ ਇੱਥੋਂ। ਆਹ ਰੂਪ ਮੈਂ ਅੱਜ ਤੇਰਾ ਪਹਿਲੀ ਵਾਰੀ ਦੇਖਿਆ, ਅੱਜ ਤੱਕ ਨਹੀਂ ਦੇਖਿਆ, ਊਂ ਹੈਗਾ ਤੇਰੇ ਦਿਲ 'ਚ ਵੀ ਚੋਰ,
ਤੇਰਾ ਉਹ ਨਹੀਂ ਕਹਿੰਦੇ ਵੀ ਕੱਲਾ ਚਿਹਰਾ ਨਹੀਂ, ਤੇਰਾ ਤਾਂ ਦਿਲ ਵੀ ਕਾਲਾ, ਦੇਖ ਲੈ ਮੈਥੋਂ ਵੀ ਓਹਲੇ ਰੱਖੇ ਤੈਂ। ਅਏ ਤੈਨੂੰ ਨਹੀਂ ਪਤਾ ਲੰਡੇ ਨੂੰ ਖੁੰਡਾ ਸੌਕ ਉਦੋਂ ਬਲ ਪਾ ਕੇ ਮਿਲਦਾ ਜਿਵੇਂ ਤੂੰ ਮਿਲੀ ਆ। ਨਹੀਂ 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 ਜਿਵੇਂ ਤੂੰ ਮੈਨੂੰ ਮਿਲਿਆ। ਚੱਲ ਜਿਵੇਂ ਮਰਜ਼ੀ ਲਾ ਲਾ, ਗੱਲ ਤਾਂ ਉੱਥੇ ਹੀ ਆ ਨਾ। ਚੱਲ ਮੈਂ ਚਾਹ ਜੀ ਬਣਾਉਣੀ ਆ ਹੁਣ, ਆ ਜਾ। ਐਂ ਕਰ ਤੂੰ ਬਣਾ ਚਾਹ ਤੇ ਮੈਂ ਲੈ ਕੇ ਆਉਣਾ ਬਰਫੀ। ਹਾਂ ਖਾਣ ਵਾਸਤੇ ਵਧੀਆ ਲੈ ਕੇ ਆਇਓ। ਉਹ ਵਧੀਆ ਲਿਆਉਂ, ਹੋਰ ਹੁਣ ਬੇਸਣ ਵਾਲੀ ਲਿਆਉਂਗਾ ਮੈਂ, ਕਮਾਲ ਕਰਦੀ ਆ ਤੂੰ। ਵੀ ਤਾਂ ਹੀ ਕਿਹਾ ਵੀ ਵਧੀਆ ਲੈ ਕੇ ਆਇਓ, ਹੁਣ ਆਏ ਜੇ ਨਾ ਬੋਲਿਆ ਕਰਨ ਵਾਲੇ ਮੈਨੂੰ। ਦੂਜੀ ਲਿਆਉਂ ਖੋਏ ਵਾਲੀ? ਹਾਂ ਹਾਂ ਖੋਏ ਵਾਲੀ, ਆ ਜਾ ਛੇਤੀ। ਚਲ ਰੱਬਾ ਆਹ ਤਾਂ ਸ਼ੁਕਰ ਆ ਤੂੰ ਵਗ ਗਏ ਇੱਥੋਂ, ਹੁਣ ਐਸੀ ਗੇਮ ਪਾਵਾਂਗੇ ਨਾ ਤੇ ਕਿ ਸਾਰਾ ਕੁਛ ਆਪਣੇ ਆਪ ਹੱਥ ਬੰਨ ਕੇ ਕਹਿਣਗੇ ਚਾਚਾ ਤੁਹਾਡਾ ਹੀ ਆ, ਸਾਡਾ ਤਾਂ ਕੁਛ ਨਹੀਂ ਹੈਗਾ ਇੱਥੇ। ਹੋਰ ਮਾਂ ਕਿਹਾ ਤਾਂ ਸੀ ਤੈਨੂੰ ਭੂਆ ਦਾ ਕੰਮ ਤਾਂ ਖਤਮ ਕਰਨਾ ਹੀ ਸੀ, ਕੱਲ ਹੀ ਕੱਢੀ ਹੈ ਘਰੋਂ। ਹੋਰ ਸੌਣ ਲੱਗੇ ਮਾਂ, ਸੁੱਖ ਦਾ ਸਾਹ ਆਇਆ, ਹੁਣ ਲੱਗਦਾ ਵੀ ਘਰ ਮੇਰੇ ਹੱਥ 'ਚ ਹੈ। ਪਹਿਲਾਂ ਤਾਂ ਐਂ ਲੱਗਦਾ ਸੀ ਸਾਰਾ ਕੁਛ ਨਾ ਜਿਵੇਂ ਭੂਆ ਚਾਹੁੰਦੀ ਆ ਉਵੇਂ ਹੋਈ ਜਾਂਦਾ ਹੋਵੇ। ਹੋਰ ਮਾਂ ਤੈਨੂੰ ਪਤਾ ਤਾਂ ਹੈ ਕਿੱਥੇ ਕੱਲ੍ਹ ਦਾ ਸਾਰਾ ਟੱਬਰ ਐਂ ਮੂੰਹ ਸਿੱਟੀ ਬੈਠਾ, ਪਤਾ ਨਹੀਂ ਜਿਵੇਂ ਭੂਆ ਨੂੰ ਕੁਛ ਹੋ ਗਿਆ ਹੁੰਦਾ ਵੀ ਆਪਦੇ ਘਰੀ ਗਈ ਹੈ, ਆਜੂਗੀ ਮਹੀਨੇ ਦੋ ਮਹੀਨਿਆਂ ਨੂੰ ਮਿਲਣਾ, ਉਹ ਕਿਹੜਾ ਟਿਕਦੀ ਆ। ਬਥੇਰਾ ਕਹਿੰਦੀ ਹਾਂ, ਮੇਰੀ ਸੱਸ ਨੂੰ ਵੀ ਕਿਹਾ ਸੀ ਮੈਂ ਵੀ ਕਿਉਂ ਤੁਸੀਂ ਦੁਖੀ ਹੁੰਦੇ ਹੋ, ਕੋਈ ਗੱਲ ਨਹੀਂ ਆਪਦਾ ਕੰਮ ਕਰੋ। ਕਿੱਥੇ ਮੰਨਦੀ ਹੈ, ਉਹ ਉੱਧਰਲੇ ਪਰਲੇ ਘਰ ਵਾਲੀ ਆ ਜਾਂਦੀ ਹੈ, ਉਹਦੇ ਸਾਹਮਣੇ ਤਾਂ ਸ਼ਰੀਫ ਬਣਨਗੀਆਂ ਵੀ ਅਸੀਂ ਤਾਂ ਕੁਛ ਕੀਤਾ ਹੀ ਨਹੀਂ, ਸਾਰਾ ਕੁਛ ਹੀ ਇਹਨੇ ਕੀਤਾ। ਪਤਾ ਹੀ ਹੈ ਮਾਂ ਤੈਨੂੰ ਇਹਨਾਂ ਦਾ, ਇਹ ਕਿਹੜਾ ਅੱਜ ਦੀਆਂ ਗੱਲਾਂ ਨੇ। ਹਾਂ ਹਾਂ ਨਾ ਨਾ ਮਾਂ, ਹੁਣ ਤੂੰ ਦੇਖੀ ਕੀ ਹਾਲ ਕਰਦੀ ਹਾਂ ਮੈਂ ਇਹਨਾਂ ਦਾ। ਜ਼ਿਆਦੀ ਚਲਾਕ ਬਣਦੇ ਸੀ ਨਾ, ਭੂਆ ਤਾਂ ਕੱਢਤੀ, ਰਹਿ ਗਈ ਇਕੱਲੀ ਮਾਂ। ਇਹਨੂੰ ਤਾਂ ਮੈਨੂੰ ਪਤਾ ਹੀ ਹੈ ਕਿਵੇਂ ਸਿੱਧਾ ਕਰਨਾ। ਉਹ ਨਹੀਂ ਨਹੀਂ ਮਾਂ, ਤੂੰ ਹਲੇ ਨਹੀਂ ਆਉਣਾ, ਮੇਰੀ ਗੱਲ ਸੁਣ, ਤੂੰ ਹਲੇ ਨਾ, ਤੈਨੂੰ ਮੈਂ ਆਪੇ ਦੱਸੂ ਤੂੰ ਕਦੇ ਆਉਣਾ। ਹਾਂ ਹਾਂ ਤੂੰ ਹਲੇ ਨਾ ਆਈ, ਤੈਨੂੰ ਮੈਂ ਆਪੇ ਫੋਨ ਕਰ ਦੂੰ ਤੂੰ ਉਦੋਂ ਆਈ। ਚੱਲ ਮਾਂ ਮੈਂ ਬਾਅਦ 'ਚ ਕਰਦੀ ਹਾਂ। ਹਾਂ ਹਾਂ ਚੰਗਾ ਮਾਂ। ਸੁਣਨੀ ਮੇਰੀ ਕਮਲ, ਮਾਂ ਤੈਨੂੰ ਅਕਲ ਉਕਲ ਹੈਗੀ ਹੈ ਕਿ ਨਹੀਂ? ਮੈਂ ਆਪਦੀ ਮਾਂ ਨਾਲ ਗੱਲ ਕਰੀ ਜਾਂਦੀ ਸੀ, ਉੱਤੇ ਆ ਕੇ ਬੋਲਣ ਲੱਗ ਜਾਂਦੀ ਹੈ। ਮੈਨੂੰ ਤਾਂ ਬਥੇਰੀ ਅਕਲ ਹੈ, ਤੈਨੂੰ ਨਹੀਂ ਅਕਲ ਹੈਗੀ, ਲੋਕਾਂ ਸਾਹਮਣੇ ਐਂ ਬੋਲਦੀ ਹੈ, ਨਾ ਤੈਨੂੰ ਜਮਾ ਸ਼ਰਮ ਨਹੀਂ ਆਈ ਹੈਗੀ ਵੀ ਤੇਰੀ ਬੇਬੇ ਕੋਲ ਬੈਠੀ ਹੈ ਕੀ ਕੁਛ ਬੋਲੀ ਜਾਂਦੀ ਸੀਗੀ? ਤੇ ਕਿਉਂ, ਤੁਹਾਨੂੰ ਜੋ ਤੁਸੀਂ ਪਹਿਲਾਂ ਚਲਿੱਤਰ ਕਰਦੇ ਸੀ ਉਹ ਕਰਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੇਰੀਆਂ ਕਰਤੂਤਾਂ ਹੀ ਦੱਸੀ ਜਾਂਦੀ ਸੀ ਵੀ ਸਾਡੇ ਨਾਲ ਆਹ ਕੁਛ ਕਰਦੀ ਹੈ। ਅੱਛਾ ਗੱਲ ਤਾਂ ਉਹੀ ਹੈ ਨਾ, ਮੇਰੀਆਂ ਹੀ ਦੱਸ ਦਿਓ ਕਰਤੂਤਾਂ, ਆਪਦੀਆਂ ਵੀ ਦੱਸ ਦਿਆ ਕਰੋ, ਆਪ ਤਾਂ ਸੱਚੇ ਬਣ ਜਾਂਦੇ ਹੋ। ਅਸੀਂ ਤਾਂ ਕੁਛ ਨਹੀਂ ਕਰਦੇ, ਨਾ ਤੇਰੇ ਕਾਲਜੇ ਠੰਡ ਪਈ ਨਹੀਂ ਹਜੇ, ਜਿਹਨੂੰ ਘਰੋਂ ਕੱਢਣਾ ਚਾਹੁੰਦੀ ਸੀ ਉਹ ਤਾਂ ਨਿਕਲ ਗਈ, ਹੁਣ ਦੱਸ ਦੇ ਕੀ ਭਾਲਦੀ ਹੈ? ਭਾਲਦੀ ਤਾਂ ਮੈਂ ਇਹ ਹਾਂ ਵੀ ਚੁੱਪ ਕਰਕੇ ਕੰਮ ਕਰ ਲਓ, ਠੀਕ ਹੈ ਨਾ, ਕਿਉਂ ਘਰੇ ਕਲੇਸ਼ ਪਾਇਆਗਾ। ਨਾ ਮੈਂ ਕਿਉਂ ਕੰਮ ਕਰਾਂ, ਤੂੰ ਕਾਹਦੇ ਵਾਸਤੇ ਲਿਆਂਦੀ ਹੈ, ਤੇਰਾ ਘਰ ਹੈਗਾ ਹੁਣ ਮਹਾਰਾਣੀ ਦਾ, ਕਰ ਚਾਹੇ ਕੰਮ ਨਾ ਕਰ, ਮੈਨੂੰ ਕੀ ਲੈਣਾ। ਅੱਛਾ ਨਾ ਬਾਹਰ ਬੈਠ ਕੇ ਤਾਂ ਭਾਸ਼ਣ ਦੇ ਜਾਂਦੀ ਸੀ, ਮੈਂ ਤਾਂ ਕਦੋਂ ਦਾ ਘਰ ਬੰਨ ਕੇ ਰੱਖਿਆ ਹੋਇਆ, ਫਿਰ ਜਿਹੜਾ ਤੁਹਾਡਾ ਬੰਨਿਆ ਹੋਇਆ ਘਰ ਹੈ ਉੱਥੇ ਕੰਮ ਵੀ ਤਾਂ ਤੁਸੀਂ ਹੀ ਕਰੋਗੇ। ਮੈਂ ਤਾਂ ਬਥੇਰਾ ਬੰਨ ਕੇ ਰੱਖਿਆ ਸੀ, ਆਹ ਤੇਰੇ ਵਰਗੀ ਨੇ ਆ ਕੇ ਖਿਲਾਰਤਾ, ਉਜਾੜਤਾ ਸਾਰਾ ਕੁਛ ਸਾਡਾ। ਉਜਾੜਿਆ ਨਹੀਂ ਹੈਗਾ, ਬਣਾਇਆ ਹੀ ਹੈ ਤੁਹਾਡਾ ਕੁਛ, ਉਜਾੜੀ ਤਾਂ ਤੇਰੀ ਨਾਨ ਜਾਂਦੀ ਸੀਗੀ, ਥੋੜੀ ਤਾਂ ਤੁਹਾਨੂੰ ਅਕਲ ਨਹੀਂ ਹੈਗੀ। ਫਿਰ ਬਾਕੀ ਹੁਣ ਤਾਂ ਸੈੱਟ ਹੋ ਜਾ, ਮੈਨੂੰ ਕਿ ਐਂ ਬੋਲਦੀ ਹੈ, ਮੈਂ ਦੱਸ ਤੈਨੂੰ ਕੀ ਕਹਿੰਦੀ ਹਾਂ। ਮਾਂ ਫਿਰ ਤੂੰ ਵੀ ਮੈਨੂੰ ਆ ਕੇ ਐਂ ਬੋਲਦੀ ਆ, ਲੋਕਾਂ ਕੋਲੇ ਮੇਰੀਆਂ ਚੁਗਲੀਆਂ ਕਰੀ ਜਾਂਦੀ ਆ, ਫਿਰ ਮੈਨੂੰ ਹੁਣ ਚੰਗਾ ਲੱਗੂਗਾ, ਹੋਰ ਤੇਰੀ ਆਰਤੀ ਤਾਰਾ ਮੈਂ। ਸਾਰਿਆਂ ਨੂੰ ਪਤਾ ਹੀ ਹੈ ਵੀ ਤੂੰ ਕੀ ਕਰਤੂਤਾਂ ਕਰਦੀ ਆ, ਜਦੋਂ ਅਗਲੀਆਂ ਆ ਕੇ ਪੁੱਛਦੀਆਂ ਨੇ ਫਿਰ ਦੱਸਣਾ ਤਾਂ ਹੈਗਾ ਹੀ ਹੈ ਵੀ ਆਹ ਕੁਛ ਕਰਦੀ ਹੈ ਸਾਡੇ ਨਾਲ। ਉਹਨਾਂ ਲੋਕਾਂ ਨੂੰ ਨਾ ਇਹ ਵੀ ਪਤਾ ਵੀ ਕੌਣ ਕਿੱਥੇ ਗਏ ਤੇ ਕਿੰਨੇ ਕੁ ਪਾਣੀ 'ਚ ਹੈ, ਠੀਕ ਹੈ ਨਾ, ਉਹਨਾਂ ਨੂੰ ਨਾ ਦੱਸੋ ਵੀ ਆਪਣੇ ਘਰੇ ਕੀ ਹੋਈ ਜਾਂਦਾ, ਅਗਲਾ ਆਪਦੇ ਘਰ ਦਾ ਭੇਤ ਦਿੰਦਾ ਗਾ।
ਕਮਲ ਮੈਂ ਤੈਨੂੰ ਐਂ ਕਹਿੰਦੀ ਹਾਂ ਆਪਣੀ ਜ਼ਬਾਨ ਸੰਭਾਲ ਕੇ ਬੋਲਿਆ ਕਰ, ਠੀਕ ਹੈ ਨਾ, ਬਾਹਲਾ ਉੱਚੀ ਨਾ ਬੋਲਿਆ ਕਰ, ਬਾਪੂ ਕੱਲ੍ਹ ਦਾ ਬਿਮਾਰ ਹੋਇਆ ਪਿਆ, ਜੇ ਕੋਈ ਗੱਲ ਹੋ ਗਈ ਨਾ ਸਾਰੇ ਟੱਬਰ ਨੇ ਤੈਨੂੰ ਛੱਡਣਾ ਨਹੀਂ ਹੈਗਾ ਨਾ। ਬਾਪੂ ਬਾਪੂ ਕਰਕੇ ਤੁਸੀਂ ਮੈਨੂੰ ਕਿਉਂ ਸੁਣਾਉਂਦੇ ਹੋ, ਬਾਪੂ ਦੀ ਤਾਂ ਉਮਰ ਹੋਈ ਪਈ ਆ, ਕੀ ਪਤਾ ਕਿਹੜੇ ਵੇਲੇ ਕੁਛ ਹੋ ਜੇ। ਆ ਤੇਰੀਆਂ ਕਰਤੂਤਾਂ ਦੇਖ ਦੇਖ ਕੇ ਨਾ ਜਿਵੇਂ ਉੱਚੀ ਉੱਚੀ ਬੋਲਦੀਆਂਗੀ, ਉਹਦੇ ਕਾਲਜ 'ਚ ਹੌਲ ਪਏ ਨੇਗੇ ਕੱਲ੍ਹ ਤੇ। ਕੋਈ ਨਹੀਂ, ਪਏ ਰਹਿੰਦੇ ਹੌਲ, ਕੁਛ ਨਹੀਂ ਹੁੰਦਾ ਬਾਪੂ ਨੂੰ ਵੀ, ਬਥੇਰਾ ਚੰਗਾ ਗਾ, ਦਵਾਈਆਂ ਦਵਾਈ ਆਉਂਦੇ ਆ, ਐਂ ਨਹੀਂ ਕੁਛ ਹੁੰਦਾ ਹੁੰਦਾ, ਬਥੇਰੀ ਲੰਬੀ ਉਮਰ ਹੈ ਬਾਪੂ ਦੀ। ਅੱਛਾ, ਇਹਦਾ ਮਤਲਬ ਤੂੰ ਚੁੱਪ ਨਹੀਂ ਹੁੰਦੀ, ਐਂ ਸੁਣਾਇਆ ਕਰੇਂਗੀ ਸਾਨੂੰ। ਮਾਂ ਮੈਂ ਚੁੱਪ ਹੋਣ ਦੀ ਗੱਲ ਨਹੀਂ ਕਰਦੀ, ਪਰ ਜੇ ਤੁਸੀਂ ਮੇਰੇ ਮੂਹਰੇ ਬੋਲੋਗੇ ਨਾ ਤਾਂ ਸੁਣ ਵੀ ਲਓਗੇ, ਸਿੱਧੀ ਜੀ ਗੱਲ ਆ। ਨਾ ਆਹ ਹੁਣ ਆਪਣੀ ਮਾਂ ਨੂੰ ਕੀ ਚੁਗਲੀਆਂ ਦੱਸੀ ਜਾਂਦੀ ਸੀਗੀ ਵੀ ਮੇਰੀ ਭੂਆ ਨੂੰ ਕੱਢਤਾ ਮੈਂ। ਅੱਛਾ, ਮਤਲਬ ਜੇ ਮੇਰੀ ਮਾਂ ਦਾ ਜਾਂ ਮੇਰੇ ਪੇਕਿਆਂ 'ਚੋਂ ਕਿਸੇ ਦਾ ਵੀ ਫੋਨ ਆਵੇ ਮੈਂ ਚੁਗਲੀਆਂ ਹੀ ਕਰਦੀਆਂ, ਕਿਉਂ ਬਿਨਾਂ ਚੁਗਲੀਆਂ ਤੋਂ ਮੈਨੂੰ ਕੋਈ ਗੱਲ ਨਹੀਂ ਆਉਂਦੀ। ਗੱਲ ਤਾਂ ਇੱਥੇ ਹੈ ਨਾ ਵੀ ਤੁਸੀਂ ਸਾਰੇ ਟੱਬਰ ਨੂੰ ਐਂ ਲੱਗਦਾ ਮੈਂ ਮਾੜੀ ਹਾਂ, ਮੈਂ ਚੁਗਲੀਆਂ ਕਰਦੀ ਹਾਂ, ਮੈਂ ਗਲਤ ਆ, ਤੁਸੀਂ ਤਾਂ ਸਾਰੇ ਚੰਗੇ ਹੋ। ਮੈਂ ਤਾਂ ਕਹਿੰਦੀ ਸੀ ਵੀ ਤੇਰੀ ਮਾਂ ਦੇ ਕਾਲਜ 'ਚ ਠੰਡ ਪੈ ਗਈ ਹੋਊਗੀ ਹੁਣ ਵੀ ਭੂਆ ਨਿਕਲ ਗਈ ਘਰੋਂ, ਇਹੀ ਚਾਹੁੰਦੀਆਂ ਸੀ ਤੁਸੀਂ ਮਾਵਾਂ ਧੀਆਂ। ਮੇਰੀ ਮਾਂ ਨੂੰ ਨਾ ਵਿਚਲਿਆ ਮਾਂ, ਸਿੱਧੀ ਜੀ ਗੱਲ ਹੈ, ਭੂਆ ਨਾਲ ਮੇਰਾ ਲੜਾਈ ਸੀਗੀ ਉਹ ਮੈਂ ਆਪੀ ਖਤਮ ਕਰ ਲਈ, ਮੇਰੀ ਮਾਂ ਨੇ ਮੈਨੂੰ ਕੁਛ ਨਹੀਂ ਸਿਖਾਇਆ। ਬਸ ਫਿਰ ਹੁਣ ਮੈਂ ਵੀ ਤੈਨੂੰ ਕਹਿੰਦਾ ਕੰਨ ਖੋਲ ਕੇ ਗੱਲ ਸੁਣ ਲੈ, ਜੇ ਕੋਈ ਆਇਆ ਕਿਸੇ ਸਾਹਮਣੇ ਬੋਲੀ ਹੈ ਨਾ ਵੱਧ ਘੱਟ ਸਾਹਬ ਲਾ ਲਈ, ਬੂਥਾ ਜਾਂ ਘੁੱਟ ਦੂੰ ਤੇਰਾ ਮੈਂ। ਫਿਰ ਤੁਸੀਂ ਵੀ ਨਾ ਚੁਗਲੀਆਂ ਕਰਿਆ ਕਰੋ ਲੋਕਾਂ ਸਾਹਮਣੇ, ਮੇਰਾ ਬੂਥਾ ਕੁੱਟੋਗੇ, ਕੰਮ ਕਰ ਲਓ ਨਾਲੇ। ਕੋਈ ਨਹੀਂ, ਜ਼ਿਆਦਾ ਬੋਲਦੀ ਹੈ ਨਾ ਮਾਂ ਵੀ, ਇਹਨੂੰ ਤਾਂ ਮੈਂ ਚੁੱਪ ਕਰਾਊਂਗੀ। ਕੋਈ ਨਹੀਂ, ਹਾਲੇ ਤਾਂ ਟ੍ਰੇਲਰ ਹੀ ਸੀ, ਫਿਲਮ ਤਾਂ ਬਾਕੀ ਹੈ। ਉਹ ਛੇਰ ਵੱਗਿਆ, ਕੀ ਸੋਚੀ ਇਹਨਾਂ ਇਕੱਲਾ ਬੈਠਾ, ਉਹ ਤੈਨੂੰ ਕਿਉਂ ਗਿਆ ਪੁੱਤ, ਉਹ ਹਰਜੀਤ ਉਹ ਕੀ ਹੋ ਗਿਆ, ਰੋਂਦਾ ਕਾਹਤੋਂ ਐ ਬਾਬਾ, ਕੀ ਦੱਸਾਂ, ਸਾਡਾ ਘਰ ਪੱਟਿਆ ਗਿਆ, ਜਮੀ ਕਿਤੇ ਨੀ ਮੇਰਾ ਜੀ ਲੱਗਦਾ। ਓਹੋ, ਐ ਕਮਲਾ, ਮੈਂ ਤਾਂ ਕਿਸੇ ਨੂੰ ਗੱਲ ਦੱਸ ਵੀ ਨੀ ਸਕਦਾ ਕੁਛ, ਪਰ ਉਹ ਨਾ ਸ਼ੇਰ ਬਣ ਕੇ ਮੈਨੂੰ ਗੱਲ ਦੱਸਦੀ ਹੈ। ਬਾਬਾ ਤੈਨੂੰ ਕਿਹੜਾ ਪਤਾ ਨਹੀਂ ਸਾਡੇ ਘਰ ਬਾਰੇ, ਆਹ ਚੰਦਰੀ ਜਨਾਨੀ ਨੇ ਨਾ ਸਾਰਾ ਘਰ ਪੱਟ ਕੇ ਰੱਖਤਾ, ਮੈਂ ਤਾਂ ਹੀ ਸੋਚੀ ਜਾਂਦਾ ਵੀ ਹੁਣ ਦੁਬਾਰੇ ਸਾਡਾ ਘਰ ਕਿਵੇਂ ਜੁੜੂਗਾ। ਉਹ ਚੁੱਪ ਕਰ ਸ਼ੇਰਾ, ਸਮਾਂ ਬਹੁਤ ਬਲਵਾਨ ਹੁੰਦਾ ਹੈ, ਉਹ ਇੱਕ ਦਿਨ ਫਿਰ ਸਮਾਂ ਗੇੜਾ ਖਾਊਗਾ, ਉਹ ਭਾਈ ਸਾਰੇ ਇੱਕੋ ਛੱਤ ਥੱਲੇ ਜੁੜ ਕੇ ਬੈਠਣਗੇ। ਉਹ ਤੂੰ ਕਿਉਂ ਆਪਦਾ ਮਨ ਦੁਖੀ ਕੀਤਾ? ਮੈਨੂੰ ਨਹੀਂ ਲੱਗਦਾ ਬਾਬਾ ਇਹ ਸਮਾਂ ਦੁਬਾਰੇ ਆਊਗਾ, ਸਾਡਾ ਪਰਿਵਾਰ ਸਿਉਣੇ ਵਰਗਾ ਸੀ, ਮਿੱਟੀ ਬਣਾ ਕੇ ਰੱਖਤਾ ਜਮਾ, ਇਹੀ ਜਿਹੀ ਚੰਦਰੀ ਜਨਾਨੀ ਆਈ ਹੈ ਘਰੇ। ਉਹ ਛੇਰਾ, ਉਹ ਮੈਨੂੰ ਪਤਾ ਹੈ ਭਾਈ ਸਾਰਾ, ਮੇਰਾ ਤਾਂ ਆਪ ਮਨ ਖਰਾਬ ਹੋਇਆ ਪਿਆ, ਉਹ ਤੇਰੇ ਬਾਪੂ ਨੂੰ ਦੇਖ ਕੇ ਭਾਈ, ਉਹ ਵੀ ਵਿਚਾਰਾ ਤੈਨੂੰ ਪਤਾ ਹੈ ਬੁਸ ਬੁਸ ਉਹ ਕਰੀ ਜਾਂਦਾ, ਉਹ ਕਾਮਲੀਆਂ ਅੱਜ ਕੱਲ੍ਹ ਵਾਲੀਆਂ ਆ ਕੇ ਨਾ ਮੁਖਤਿਆਰੀ ਭਾਲਣ ਲੱਗ ਜਾਂਦੀਆਂ ਨੇ, ਇਹ ਨਹੀਂ ਸੋਚਦੀਆਂ ਵੀ ਇਹਨਾਂ ਨੇ ਇਸ ਪਰਿਵਾਰ ਵਾਸਤੇ ਕੀ ਕੁਛ ਕੀਤਾ। ਹੁਣ ਭਾਈ ਤੇਰੀ ਮਾਂ ਨੇ ਅਤੇ ਤੇਰੀ ਭੂਆ ਨੇ ਇਹ ਘਰ ਵਾਸਤੇ ਉਹਦੀ ਜ਼ਿੰਦਗੀ ਗਾਲਤੀ, ਉਹਨਾਂ ਨੇ ਵਿਚਾਰਿਆਂ ਨੇ ਆਪਦਾ ਘਰ ਛੱਡਿਆ, ਹੁਣ ਦੱਸ ਉਹ ਕਿਵੇਂ ਰਹਿਣਗੇ, ਨਾ ਉਹਨਾਂ ਦਾ ਉੱਥੇ ਜੀ ਲੱਗਣਾ ਭਾਈ, ਇੰਨਾ ਚਿਰ ਉਰੇ ਰਹੇ ਨੇ, ਉਹਨਾਂ ਨੇ ਵੀ ਬਹੁਤ ਵੱਡੀ ਕੁਰਬਾਨੀ ਦਿੱਤੀ ਇਸ ਘਰ ਵਾਸਤੇ ਭਾਈ, ਇਹਨੇ ਸੌਰੀ ਨੇ ਜ਼ਮੀਨ ਸੋਚਿਆ। ਬਾਬਾ ਇਹ ਗੱਲ ਅਸੀਂ ਸਮਝਦੇ ਹਾਂ, ਮਾਂ ਸਮਝਦੀ ਹੈ, ਬਾਪੂ ਸਮਝਦਾ, ਪਰ ਉਹ ਤਾਂ ਨਹੀਂ ਨਾ ਸਮਝਦੀ, ਉਹਨੂੰ ਤਾਂ ਐਂ ਵੀ ਉਹੀ ਬੈਠੇ ਨੇ, ਉਹਨੂੰ ਕੀ ਪਤਾ ਹੈਗਾ, ਜਦੋਂ ਮੇਰਾ ਪਿਓ ਮਰਿਆ ਸੀ ਨਾ ਉਨਾ ਦੁੱਖ ਮੈਨੂੰ ਉਦੋਂ ਨਹੀਂ ਹੋਇਆ ਜਦੋਂ ਹੁਣ ਹੋਇਆ ਗਾ, ਇੱਥੋਂ ਫੁੱਪੜ ਅਤੇ ਭੂਆ ਗਏ ਨੇ, ਨਹੀਂ ਜੀ ਲੱਗਦਾ ਬਾਪੂ ਮੇਰਾ ਭੂਆ ਬਿਨਾ। ਓਏ ਹੋ ਤਾਂ ਜਾਂਦਾ ਹੀ ਹੈ ਸਿਰਾ, ਹੁਣ ਕੀ ਕੀਤਾ ਜਾਵੇ, ਚੱਲ ਤੂੰ ਐਂ ਕਰ ਮਨ ਨਾ ਆਪਦਾ ਹੌਲਾ ਕਰ, ਆਪਾਂ ਤੇਰੇ ਸਹੁਰਿਆਂ ਨਾਲ ਗੱਲ ਕਰਾਂਗੇ ਭਾਈ, ਕੋਈ ਨਹੀਂ ਉਹਨਾਂ ਨੂੰ ਬੁਲਾਵਾਂਗੇ ਉਰੇ, ਵੀ ਭਾਈ ਆਪਦੀ ਕੁੜੀ ਨੂੰ ਸਮਝਾਓ, ਐਂ ਥੋੜ੍ਹੀ ਹੁੰਦਾ, ਉਹਨਾਂ ਨੂੰ ਵਿਚਾਰਿਆਂ ਨੂੰ ਧੱਕੇ ਮਾਰ ਮਾਰ ਘਰੋਂ ਕੱਢਤਾ, ਉਹਨਾਂ 'ਚ ਕੀ ਖੋਟ ਹੈ। ਤੈਨੂੰ ਵੀ ਪਤਾ ਬਾਬਾ ਹੈ ਨਾ, ਜੇ ਤਲਾਕ ਦਿੰਦਾ ਫਿਰ ਵੀ ਉਹ ਗੱਲਾਂ ਘਰ ਮੁੱਦਾ ਵੱਜਦਾ ਗਾ, ਫਿਰ ਭੂਆ ਵਰਗੀਆਂ ਜਾ ਕੇ ਉਹੀ ਮਿੰਨਤਾਂ ਕਰ ਕਰ ਲਿਆਉਂਦੀਆਂ ਨੇ, ਹੁਣ ਜੇ ਭੂਆ ਵਰਗੀ ਤਾਂ ਸਾਡਾ ਨਹੀਂ ਜੀ ਲੱਗਦਾ, ਜੇ ਉਹ ਇੱਥੇ ਲਿਆਉਣੇ ਆ ਤਾਂ ਫਿਰ ਕਲੇਸ਼ ਪਾਉਂਦੀ ਹੈਗੀ, ਮੇਰਾ ਜੀ ਕਰਦਾ ਕਦੇ ਕਦੇ ਫਾਹਾ ਲੈ ਕੇ ਮਰ ਜਾ ਇੱਥੋਂ। ਉਹ ਕਮਲਾ ਨਾ ਹੋਵੇ, ਇਹ ਗੱਲਾਂ ਨਾ ਕਰਿਆ ਕਰ ਤੂੰ ਮੇਰੇ ਕੋਲੇ,
ਆ ਨਾਲੇ ਤਲਾਕ ਤਲੂਕ ਦੀ ਗੱਲ ਨਾ ਮਨ 'ਚ ਲਿਆਇਆ ਕਰ। ਘਰਾਂ 'ਚ ਤਾਂ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਐਂ ਘਰ ਨਹੀਂ ਪੱਟੀ ਦੇ ਹੁੰਦੇ ਸਿਹਰਾ। ਮੈਂ ਤੈਨੂੰ ਦੱਸਾਂ ਗੱਲ, ਸਿਆਣਾ ਬਣ ਤੂੰ। ਮਾੜੀਆਂ ਮੋਟੀਆਂ ਗੱਲਾਂ ਹੁਣ ਤਾਂ ਚੱਲ ਰਹੀਏ ਬਾਬਾ, ਮੈਨੂੰ ਕੁਛ ਕਹਿੰਦੇ ਮੈਂ ਜਮਾਂ ਨਹੀਂ ਬੋਲਦਾ, ਕਿਵੇਂ ਝੱਲਣਾ? ਇਹ ਤਾਂ ਮੈਨੂੰ ਤਾਂ ਐਂ ਲੱਗਦਾ ਮੇਰੇ ਮਾਂ ਪਿਓ ਘਰੋਂ ਕੱਢਤੇ ਧੱਕੇ ਮਾਰ ਮਾਰੂਣੇ। ਹਾਂ ਭਾਈ ਸੱਚੀ ਆ ਗੱਲ ਤੇਰੀ, ਮਾਂ ਪਿਓ ਹੀ ਸੀ ਜਦੋਂ ਤੈਨੂੰ ਨਿੱਕੇ ਜੇ ਨੂੰ ਪਾਲਿਆ ਸੀ ਉਹਨਾਂ ਨੇ। ਉਹਨਾਂ ਨੇ ਤਾਂ ਬਥੇਰਾ ਕੀਤਾ ਸੀ ਸਿਹਰਾ, ਹੁਣ ਤੈਨੂੰ ਪਤਾ ਇਹਨੇ ਆ ਕੇ ਜਲੀਲ ਕਰਤੇ ਵਿਚਾਰੇ। ਸਹੁਰੀ ਨੇ ਇੱਕ ਵਾਰ ਵੀ ਨਹੀਂ ਸੋਚਿਆ, ਕਦੇ ਪਿਓ ਦੀ ਕਮੀ ਨਹੀਂ ਹੋਣ ਦਿੱਤੀ ਸੀ ਪੱਪੜ ਨੇ। ਚੱਲ ਰੋ ਨਾ ਮੇਰਾ ਸਿਰ, ਬਸ ਚੁੱਪ ਕਰ ਜਾ। ਬਾਬਾ ਤੂੰ ਜਾ ਕੇ ਲਿਆ ਭੂਆ ਤੇ ਪੱਪੜ ਦੇ ਹੱਥ ਬੰਨ। ਨਾ ਨਾ ਨਾ, ਹੱਥ ਬੰਨਣ ਦੀ ਕੀ ਲੋੜ ਹੈ, ਲੈ ਕਮਲਾ ਨਾ ਹੋਵੇ, ਆਪਾਂ ਨੂੰ ਦੂਰ ਨੇ ਉਹ, ਕੋਈ ਨੀ ਆਪਾਂ ਲਿਆਵਾਂਗੇ ਉਹਨਾਂ ਨੂੰ। ਬਾਬਾ ਕਿਤੇ ਉਹ ਜੀ ਕਿੱਥੋਂ ਲੱਗ ਗਏ ਭਾਈ। ਬਸ ਰੋ ਨਾ ਮੇਰਾ ਸਿਰ, ਐਂ ਨਾ ਕਰ, ਚੱਲ ਖੜਾ ਹੋ ਘਰੇ ਚੱਲਦੇ ਆਪਾਂ। ਬਸ ਬਸ, ਮੈਂ ਮੋਟਰ ਦਾ ਨੱਕਾ ਕੱਸ ਕੇ ਆਉਣਾ, ਕੋਈ ਨਾ ਭੱਗ ਜੂ ਮੈਂ ਘਰੇ, ਤੂੰ ਭੱਗ ਜਾ। ਕੱਸ ਨੱਕਾ, ਮੈਂ ਇੱਥੇ ਬੈਠਾ ਤੈਨੂੰ ਨਾਲ ਲੈ ਕੇ ਜਾਊਂਗਾ ਫਿਰ। ਚੰਗਾ ਬਾ। ਕਿੱਥੇ ਜਵਾਕ ਦਾ ਮਨ ਦੁਖੀ ਕੀਤਾ ਲੈ ਸਹੁਰੀਏ, ਵੀ ਤੂੰ ਵਧੀਆ ਪਰਿਵਾਰ ਹੈ, ਤੈਨੂੰ ਦੱਸ ਕਾਹਦੀ ਘਾਟ ਹੈ, ਕਾਹਦੇ ਪਿੱਛੇ ਤੂੰ ਵਿਤਕਰੇ ਕਰਦੀਆਂ ਹੈ। ਹੈ ਮੈਂ, ਹਾਂ ਪੁੱਤ, ਮੈਂ ਹਰਪ੍ਰੀਤ ਤੋਂ ਕੀ ਸੁਣਦਾ, ਸੱਚ ਹੈ ਗੱਲ ਉਹ? ਕੀ ਸੁਣ ਲਿਆ ਤਾਂ ਹੈ, ਉਹ ਵੀ ਅਮਨ ਤੇ ਰਾਜ ਵੱਗ ਗਏ ਇੱਥੋਂ। ਅੱਛਾ, ਵਿਆਹ ਉਹ ਸੱਚ ਹੈ, 101% ਸੱਚ ਹੈ, ਹੁਣ ਉੱਧਰੋਂ ਹੀ ਆਈਆਂ ਮੈਂ ਸੋਹੋ ਲੈ ਕੇ। ਫਿਰ ਤਾਂ ਨਜ਼ਾਰਾ ਆ ਗਿਆ ਬੀਬੀ, ਦੇਖ ਲਾ ਆਪਾਂ ਕਿੰਨੇ ਟਾਈਮ ਦੀ ਵੇਟ ਕਰਦੇ ਸੀਗੇ ਵੀ ਕਦੋਂ ਆਪਣਾ ਉਹਨਾਂ ਦੇ ਘਰੇ ਦਬਦਬਾ ਬਣੇ। ਚੱਲ ਪੁੱਤ, ਕਦੇ ਤਾਂ ਕਦੇ ਰੱਬ ਸੁਣਦਾ ਹੀ ਹੈ। ਸਹੀ ਗੱਲ ਆ, ਜਿਵੇਂ ਕਹਾਵਤ ਨਹੀਂ ਵੀ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਲੈਂਦਾ, ਆਪਾਂ ਤਾਂ ਪਤਾ ਨਹੀਂ ਕਿੰਨੇ ਕੁ 12 ਸਾਲ ਟਪਾ ਤੇ। ਗੱਲ ਸੱਚੀ ਹੈ ਪੁੱਤ, ਮੈਂ ਤੈਨੂੰ ਐਂ ਕਹਿੰਦੀ ਤੀ, ਮੈਂ ਕਿਹਾ ਮੇਰੇ ਤੋਂ ਤੁਸੀਂ ਇਹ ਗੱਲ ਕਾਹਤੇ ਲੁਕੋ ਕੇ ਰੱਖੀ। ਕਿਹੜੀ ਗੱਲ? ਆਹੀ ਵੀ ਤੁਹਾਡੀ ਮਾਂ ਪੁੱਤਾਂ ਦੀ ਇੱਕ ਗੱਲ ਹੈਗੀ। ਅੱਛਾ, ਨਹੀਂ ਫਿਰ ਮਾਂ ਪੁੱਤਾਂ ਦੀ ਤਾਂ ਇੱਕ ਗੱਲ ਹੋਣੀ ਹੈ, ਮੈਂ ਕਿਹਦੀ ਮਾਰੀ ਫਿਰਦੀ ਹਾਂ? ਮੈਂ ਆਪਦੇ ਪੁੱਤ ਦੀ ਮਾਰੀ ਫਿਰਦੀ ਹਾਂ, ਇਹਦੀ ਸਹਿਮਤੀ ਨਾਲ ਹੀ ਚੱਲੂੰਗੀ। ਹੈ ਪਰ ਸਾਡਾ ਫਹੁ ਨਹੀਂ ਪਿਆ, ਜਦੋਂ ਨਾ ਫਹੁ ਪਿਆ ਫਿਰ ਚੁੱਪ ਕਰਕੇ ਢੇਰੀ ਢਾਹ ਕੇ ਮਾਂ ਪੁੱਤ ਬਹਿ ਗਏ ਸੀਗੇ। ਚੱਲ ਇਹ ਆਪਦੇ ਕੰਮੀ ਲੱਗ ਗਿਆ, ਮੈਂ ਆਪਦੇ ਕੰਮੀ ਲੱਗ ਗਈ। ਮੇਰੇ ਮਨ 'ਚ ਤਾਂ ਹੋਰ ਇਹ ਗੱਲ ਚੱਲੀ ਜਾਂਦੀ ਤੀ। ਕਿਵੇਂ? ਵੀ ਬਾਪੂ ਤੇ ਇਹ ਤਾਂ ਇੱਕ ਪਾਸੇ ਨੇ, ਆਪਾਂ ਸੱਸ ਨੂੰ ਹਾਂ ਇੱਕ ਪਾਸੇ ਹਾਂ, ਪਰ ਅੱਜ ਮੈਨੂੰ ਤਾਂ ਹੋਰ ਇਹ ਕੁਛ ਸੁਣਨ ਨੂੰ ਮਿਲਿਆ ਵੀ ਤੁਹਾਡੀ ਮੇਰੇ ਨਾਲੋਂ ਪਹਿਲਾਂ ਵੀ ਇੱਕ ਗੱਲ ਤੀ। ਓਏ ਨਹੀਂ ਨਹੀਂ ਹਰਪ੍ਰੀਤ, ਜਦੋਂ ਬੰਦੇ ਨੇ ਰਾਜਨੀਤੀ ਵਿੱਚ ਬੰਦਾ ਉਤਰਿਆ ਹੋਵੇ ਨਾ, ਫਿਰ ਉਹਨੂੰ ਦੋਗਲਾਪਣ ਤਾਂ ਰੱਖਣਾ ਪੈਂਦਾ। ਪਰ ਬਾਪੂ ਦੀ ਸਹਿਮਤੀ ਤਾਂ ਮੇਰੀ ਇੱਕੋ ਹੀ ਗੱਲ ਸੀ ਨਾ, ਫਿਰ ਬਾਪੂ ਨੂੰ ਤਾਂ ਕਹਿਣਾ ਪੈਂਦਾ ਸੀ ਵੀ ਨਹੀਂ ਬਾਪੂ ਮੈਂ ਤੇਰੇ ਕੰਨੀ ਹਾਂ। ਜੇ ਬਾਪੂ ਨੂੰ ਕਿਤੇ ਪਹਿਲਾਂ ਸਾਰੀ ਗੱਲ ਦਾ ਪਤਾ ਲੱਗ ਜਾਂਦਾ, ਉਹ ਮੇਰੀਆਂ ਬੋਦੀਆਂ ਨਾ ਪੱਟ ਦਿੰਦਾ। ਨਹੀਂ ਪੁੱਤ, ਤੇਰਾ ਬਾਪੂ ਤਾਂ ਉਹਨਾਂ ਦੇ ਖਿਲਾਫ਼ ਇੱਕ ਸ਼ਬਦ ਵੀ ਨਹੀਂ ਸੁਣ ਸਕਦਾ, ਉਹਦੇ ਸਾਹਮਣੇ ਤਾਂ ਮਿੱਠੇ ਪੋਚੇ ਮਾਰਨੇ ਪੈਂਦੇ ਨੇ, ਕਿਤੇ ਉਹਦੇ ਸਾਹਮਣੇ ਨਾ ਕੋਈ ਗੱਲ ਦੀ ਭਾਫ਼ ਕੱਢਦੀ। ਹੈਂ, ਗੁੱਤਨੀ ਨੂੰ ਗੇੜਾ ਨਾਲ ਤੇਰੀ ਨਹੀਂ ਦੇ ਤੂੰ ਨਵੀਂ। ਚੱਲ ਉਹ ਤਾਂ ਦੇਖਾਂਗੇ ਬਾਅਦ 'ਚ ਕੀ ਬਣਦਾ, ਹੁਣ ਵੀ ਦੱਸ ਦੇ ਮੈਨੂੰ, ਕੋਈ ਇੱਕ ਅੱਧਾ ਰਾਜ ਹੋਰ ਵੀ ਨਾ ਅੰਦਰ ਛਪਾ ਰੱਖਿਆ ਹੋਵੇ, ਕਿਤੇ ਮੈਨੂੰ ਫੇਰ ਬਾਅਦ 'ਚ ਪਤਾ ਲੱਗੇ ਵੀ ਇਹ ਗੱਲ ਪਹਿਲਾਂ ਤੁਸੀਂ ਮੈਨੂੰ ਦੱਸੀ ਨਹੀਂ ਹੈਗੀ। ਨਹੀਂ ਕੋਈ ਰਾਜ ਨਹੀਂ ਛਪਾਉਂਦੇ ਤਾਂ ਇੱਥੋਂ, ਤੇਰੀ ਸਹਿਮਤੀ ਨਾਲ ਹੀ ਚੱਲੂੰਗੀ। ਤੂੰ ਹੀ ਮੈਨੂੰ ਦੱਸ ਘੁੰਡੀਆਂ ਕਿਵੇਂ ਚੱਲਣੀਆਂ ਨੇ, ਉਹ ਤਾਂ ਮੈਂ ਜਾਣਦੀ ਹਾਂ, ਪਰ ਫਿਰ ਵੀ ਕਹਿੰਦੇ ਹੁੰਦੇ ਨੇ ਕਿ ਗੁਰੂਆਂ ਨਾਲੋਂ ਚੇਲੇ ਕਦੇ ਨਾ ਕਦੇ ਵਧ ਹੀ ਜਾਂਦੇ ਹੁੰਦੇ ਨੇ। ਚੱਲ ਕੋਈ ਗੱਲ ਨਹੀਂ, ਉਹ ਤਾਂ ਪਾਓ ਲੱਗੇ ਜਾਂਦਾ ਹੁੰਦਾ, ਜਿਹੋ ਜਿਹਾ ਗੁਰੂ ਉਹੋ ਜਿਹਾ ਚੇਲਾ। ਆਹੋ, ਚੱਲ ਛੱਡ ਪਰੇ ਬੀਬੀ, ਮੈਨੂੰ ਤੂੰ ਐਂ ਦੱਸ, ਤੂੰ ਉਹਨਾਂ ਦੇ ਘਰੇ ਜਾ ਕੇ ਆਈ, ਉਹਨਾਂ ਦੇ ਘਰ ਦਾ ਕਿਹੋ ਜਿਹਾ ਮਾਹੌਲ ਆ? ਘਰ ਦਾ ਮਾਹੌਲ ਜਮਾਂ ਵਿਖਰਿਆ ਪਿਆ ਭਾਈ। ਹਾਂ, ਰੋਣ ਧੋਣ ਆ ਉਹਨਾਂ ਦੇ ਘਰ ਦੇ ਵਿੱਚ, ਤੇ ਬਹੂ ਇੰਨਾ ਬੋਲਦੀ ਹੈ, ਵੱਧੋ ਵੱਧ ਗੱਲ ਨਹੀਂ ਕਰਨ ਦਿੰਦੀ ਸੱਸ ਨੂੰ। ਠੀਕ ਹੈ, ਰੋਟੀ ਵੀ ਤੂੰ ਪਕਾ, ਸਾਰਾ ਕੰਮ ਤੂੰ ਕਰ, ਮੈਂ ਤਾਂ ਮੰਜੇ 'ਤੇ ਬੈਠੀ ਨੂੰ, ਮੈਨੂੰ ਰੋਟੀ ਆਉਣੀ ਚਾਹੀਦੀ ਹੈ। ਵੱਧੋ ਵੱਧ ਬੋਲੀ ਭਾਈ, ਤੇਰੇ ਮੈਂ ਕੀ ਕੰਨ ਖਾਊਂ? ਅਤੇ ਹੁਣ ਮੈਂ ਤੈਨੂੰ ਐਂ ਕਹਿੰਦੀ ਹਾਂ, ਹਰਜੀਤ ਜਮਾਂ ਟੁੱਟਿਆ ਪਿਆ ਪੁੱਤ। ਹਾਂ, ਟੁੱਟਣੀ ਸੀ ਉਹ ਤਾਂ, ਸਮਾਂ ਦੀ ਬਾਹਲਾ ਲਾਡਲਾ ਸੀ ਉਹਨਾਂ ਦਾ। ਹਾਂ, ਉਹਨੂੰ ਹੁਣ ਸਹਾਰੇ ਦੀ ਲੋੜ ਹੈ। ਹੁਣ ਮੈਂ ਤੈਨੂੰ ਇਹ ਗੱਲ ਸਮਝਾਉਂਦੀ ਹਾਂ ਵੀ ਹੁਣ ਤੂੰ ਉਹਦਾ ਸਹਾਰਾ ਇਹੋ ਜਿਹਾ ਬਣ
ਤੇ ਉਹਨੂੰ ਬੇਸਹਾਰਾ ਕਰਦੇ ਬਸ। ਬੀਬੀ ਤੂੰ ਫਿਕਰ ਨਾ ਕਰ, ਜਦੋਂ ਬੰਦਾ ਦੁਖੀ ਹੁੰਦਾ ਨਾ ਉਹਦੇ ਦੋ ਚੀਜ਼ਾਂ ਕੰਮ ਆਉਂਦੀਆਂ ਨੇ, ਜਾਂ ਤਾਂ ਬੰਦੇ ਦਾ ਸਹਾਰਾ ਅਤੇ ਜਾਂ ਫਿਰ ਨਸ਼ੇ ਦਾ ਸਹਾਰਾ। ਉਹਨੂੰ ਦੋਨੇ ਸਹਾਰੇ ਮਿਲਣਗੇ, ਬੰਦੇ ਦਾ ਸਹਾਰਾ ਵੀ ਮੈਂ ਦਿਉਂ ਅਤੇ ਨਸ਼ੇ ਦਾ ਸਹਾਰਾ ਵੀ ਮੈਂ ਹੀ ਦੇਣਾ ਉਹਨੂੰ, ਤੂੰ ਫਿਕਰ ਨਾ ਕਰ। ਆਹੋ ਹੁਣ ਲੋਹਾ ਗਰਮ ਹੈ ਅਤੇ ਹੁਣ ਤਾਂ ਥੌੜਾ ਮਾਰਨ ਦੀ ਦੇਰ ਹੈ। ਹਾਂ ਉਹ ਤਾਂ ਦੂਰ ਨਹੀਂ, ਜਿਹੜੇ ਮਰਜ਼ੀ ਕਾਰਜ ਢਾਲ ਲਈਏ, ਨਾਲੇ ਆਪਾਂ ਤੋਂ ਉਹ ਇੱਕ ਕਦਮ ਵੀ ਪੁੱਛੇ ਤੋਂ ਬਣਾਉਣੀ ਪੱਟੂਗਾ, ਉਹਨੂੰ ਪਤਾ ਲੱਗ ਜੂ ਵੀ ਹਾਂ ਜਿਹੜਾ ਕੁਛ ਚਾਚਾ ਕਰਮਾ ਕਹਿੰਦਾ ਉਹੀ ਕਰਨਾ, ਜੇ ਉਹ ਕਹੂ ਧੁੱਪ ਹੈ ਤਾਂ ਧੁੱਪ ਹੈ, ਜੇ ਮੈਂ ਕਹੂੰ ਛਾਂ ਤਾਂ ਛਾਂ। ਹਾਂ ਬਸ ਥੋੜ੍ਹਾ ਜਿਹਾ ਸੋਚ ਸਮਝ ਕੇ ਕਦਮ ਪੱਟੀ, ਕਿਤੇ ਕਿਸੇ ਗੱਲ ਦਾ ਸ਼ੱਕ ਨਾ ਹੋ ਜੇ, ਤੇਰੇ ਬਾਪੂ ਨੂੰ ਵੀ ਸ਼ੱਕ ਨਾ ਪੈਣ ਦੀ ਕਰਮਿਆ। ਲੈ ਮੈਂ ਕਮਾਲ ਕਰਦੀ ਹਾਂ, ਉਹ ਜਿੱਦੇ 100 ਹਰਾਮੀ ਮਰਿਆ ਹੋਊ ਨਾ ਉਦੇ ਕਰਮਾ ਪੈਦਾ ਹੋਇਆ, ਤੈਨੂੰ ਇਹ ਗੱਲਾਂ ਦਾ ਪਤਾ ਨਹੀਂ ਬੀਬੀ, ਬਸ ਮੈਂ ਤਾਂ ਮੌਕੇ ਦੀ ਤਲਾਸ਼ ਸੀ, ਹੁਣ ਇਹ ਮੌਕਾ ਰੱਬ ਨੇ ਆਪਾਂ ਨੂੰ ਦੇਤਾ ਅਤੇ ਹੁਣ ਹੱਥੋਂ ਨਹੀਂ ਜਾਣ ਦਿੰਦੇ ਇਹਨੂੰ। ਸਿਆਣੇ ਆਹਦੇ ਹੁੰਦੇ ਨੇ ਕਿ ਰੱਬ ਦੇ ਘਰੇ ਦੇਰ ਤਾਂ ਹੈਗੀ ਆ, ਹਨੇਰ ਨਹੀਂ। ਬਹੁਤ ਟਾਈਮ ਦਾ ਇਹ ਸੁਪਨਾ ਸੀਗਾ ਜਿਹੜਾ ਹੁਣ ਸੱਚ ਹੋਊਗਾ, ਬਹੁਤ ਔਖਾਂ ਸੌਖਾਂ ਕੱਟ ਲਈਆਂ, ਦੋ ਹਿੱਸੇ ਸਾਂਭੀ ਬੈਠੇ ਨੇ, ਹੱਕ ਬਹੁਤ ਸਾਲ ਖਾ ਲਿਆ ਪੁੱਤ, ਹੁਣ ਨਹੀਂ ਹੱਕ ਖਾਣ ਦਿੰਦੇ। ਕੋਈ ਨਹੀਂ, ਪਹਿਲਾਂ ਤਾਂ ਬੀਬੀ ਆਪਾਂ ਦੋ ਸੀ, ਹੁਣ ਆਪਾਂ ਤਿੰਨ ਆ। ਜਿਵੇਂ ਕਹਿੰਦੇ ਹੁੰਦੇ ਆ ਨਾ, ਤਿੱਕੜੀ ਮਾੜੀ ਵੀ ਹੁੰਦੀ ਆ ਅਤੇ ਚੰਗੀ ਵੀ, ਆਪਾਂ ਉਹਨਾਂ ਲਈ ਮਾੜੇ ਹਾਂ ਅਤੇ ਆਪਣੇ ਘਰ ਲਈ ਚੰਗੇ ਹਾਂ, ਇਹ ਤਿੱਕੜੀ ਹੁਣ ਤਿੱਕੜੀ ਓ ਰਹੂ। ਅੱਛਾ ਅੱਛਾ ਲੈ, ਕੋਈ ਨਾ ਭਾਬੀ ਫਿਰ ਹੱਥ ਤੂੰ ਵੀ ਨਾ ਲਾਈ ਕਿਸੇ ਕੰਮ ਨੂੰ, ਕਹਿ ਤੂੰ ਕਰ। ਹਾਂ ਪਹਿਲਾਂ ਤਾਂ ਚੱਲ ਕਹਿ ਉਹੀ ਰੜਕਦੀ ਸੀ ਤੇਰੇ, ਕਹਿ ਉਹ ਵੱਗ ਗਈ, ਹੁਣ ਤੂੰ ਕੰਮ ਕਿਉਂ ਨਹੀਂ ਕਰਦੀ? ਚੱਲ ਤੂੰ ਰੋਣੀ ਕਾਹਨੂੰ ਆ ਭਾਬੀ, ਹੋਰ ਫਿਰ ਮੇਰਾ ਵੀ ਮਨ ਦੁਖੀ ਕਰਦੀ ਆ। ਕੋਈ ਗੱਲ ਨਹੀਂ, ਹਾਲਾਤ ਹੁੰਦੇ ਆ ਚੰਗੇ ਮਾੜੇ ਲੰਘ ਜਾਣਗੇ, ਤੂੰ ਤਾਂ ਐਡੀ ਦਲੇਰ ਆ। ਕੋਈ ਨਹੀਂ ਕੋਈ ਨਹੀਂ, ਮੈਂ ਤਾਂ ਠੀਕ ਹਾਂ, ਕੁਛ ਨਹੀਂ ਹੋਇਆ ਮੈਨੂੰ ਤਾਂ। ਆਪਣਾ ਜੀਤਾ ਕਿਵੇਂ ਆ, ਠੀਕ ਹੈ ਹਰਜੀਤ? ਚੱਲ ਕੋਈ ਨਹੀਂ, ਉਹਨੂੰ ਕਹਿ ਬਿਮਾਰ ਨਾ ਹੋ ਜਾਈ ਤੂੰ। ਆਹੋ ਤੂੰ ਧਿਆਨ ਰੱਖ। ਅੱਛਾ ਉਹ ਕੀ ਕਰਨ ਆਈ ਸੀ? ਚੱਲ ਬਾਹਲੀਆਂ ਗੱਲਾਂ ਨਾ ਭਾਬੀ, ਫਿਰ ਵੀ ਕਿਸੇ ਕੋਲ ਕਰੀ ਲੋੜ ਹੀ ਨਹੀਂ ਹੁੰਦੀ ਆਪਦੇ ਘਰ ਦਾ ਭੇਤ ਦੇਣ, ਉਹ ਤਾਂ ਤੇਰੀ ਮੈਂ ਗੱਲ ਸਮਝਦੀ ਹਾਂ, ਉਹ ਕਿਹੜਾ। ਹਾਂ 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 ਇਹ ਤਾਂ ਮੈਨੂੰ ਪਤਾ ਵੀ ਉਹ ਕਿਹੜਾ ਹੌਲੀ ਬੋਲਦੀ ਹੈ, ਚਾਰ ਘਰਾਂ 'ਚ ਸੁਣਦੀ ਹੈ। ਮੇਰੀ ਗੱਲ ਸੁਣਾ, ਭੈਣ ਨੂੰ ਕਹਿ ਕਹਿ ਫਿਕਰ ਕਰਨ ਦੀ ਲੋੜ ਨਹੀਂ ਹੈਗੀ, ਆਪਦਾ ਘਰ ਦਾ ਧਿਆਨ ਰੱਖੋ, ਫਸਲ ਆਈ ਪਈ ਹੈ, ਹਰਜੀਤ ਨੂੰ ਕਹਿ ਧਿਆਨ ਨਾਲ ਭਾਈ ਆਪਦੀ ਵੱਢ ਲਈ ਫਸਲ। ਹਾਂ ਸਹੀ ਗੱਲ ਆ ਭਾਬੀ, ਮੇਰੀ ਗੱਲ ਸੁਣ, ਮਾੜਾ ਮੋਟਾ ਖੇਤ ਕੰਨੀ ਧਿਆਨ ਦੇ, ਸੌਂਕਾ ਚਾਹੇ ਜਵਾਕ ਦੇ ਨਾਲ ਆਪ ਵਗ ਜੀ ਤੂੰ, ਅਤੇ ਆਹ ਫਸਲ ਆ ਉਹੀ ਗੱਲ ਆ, ਚਾਰ ਮਣ ਦਾਣੇ ਆ ਜਿਹੜੇ ਘਰੇ ਸਿੱਟ ਲਓ, ਉੱਤੋਂ ਮੌਸਮ ਖਰਾਬ ਹੈਗਾ, ਵਗਤਾ ਗਏ ਕੀ ਕਰਾਂ ਭਾਬੀ, ਸੁਰਤੀ ਤਾਂ ਸਾਡੀ ਇੱਥੇ ਹੈਗੀ। ਚੰਗਾ ਚੰਗਾ ਚੱਲ ਕੋਈ ਨਹੀਂ, ਬਾਪੂ ਨੂੰ ਦਵਾਈ ਦੇ ਦੇ ਫਿਰ। ਚੰਗਾ ਕੀ ਕਹਿੰਦੀ ਸੀ? ਕਹਿਣਾ ਤਾਂ ਕੀ ਸੀਗਾ, ਬਸ ਉਹੀ ਗੱਲ ਕਹਿੰਦੀ, ਹੁਣ ਹਜੇ ਕਿਹੜਾ ਹੜਦੀ ਆ ਲੜਨ ਨੂੰ, ਕਹਿੰਦੀ ਉੱਧਰਲੇ ਘਰ ਵਾਲੀ ਉਹ ਆਈ ਹੋਊਗੀ ਚਾਚੀ, ਚਾਚੀ ਦੇ ਸਾਹਮਣੇ ਕਹਿੰਦੀ 100-100 ਗੱਲਾਂ ਬੋਲੇ ਮੈਨੂੰ, ਕਿ ਤੂੰ ਕੰਮ ਕਰ, ਕਹਿੰਦੀ ਕੱਲ੍ਹ ਦੀ ਮੌਜਾਂ ਨਾਲ ਪਈ ਹੈਗੀ, ਨਾ ਕੋਈ ਕੰਮ ਕਰਦੀ ਹੈ, ਕੰਮ ਆਖੇ ਤੂੰ ਕਰ ਸਾਰਾ, ਕਹਿੰਦੀ ਹਰਜੀਤ ਨੂੰ ਰੋਟੀ ਪਕਾ ਕੇ ਮੈਂ ਦਿੱਤੀ, ਕਹਿੰਦੀ ਮੈਨੂੰ ਵੀ ਰੋਟੀਆਂ ਪਕਾ ਕੇ ਦੇ। ਉਹ ਇਹੀ ਚੀਜ਼ਾਂ ਦਾ ਉਹ ਭਾਲਦੀ ਸੀ, ਉਹਨੂੰ ਪਤਾ ਸੀ ਵੀ ਜੇ ਇਹ ਜਾਣ ਰਾਹ ਦਾ ਰੂੜਾ ਇਹੀ ਹੈ, ਇਹਨਾਂ ਨੂੰ ਤਾਂ ਮੈਂ ਦਿਵਾਲੀ ਨਹੀਂ। ਮੈਨੂੰ ਉਹਦੀ ਸਮਝ ਨਹੀਂ ਆਈ ਦਿਮਾਗ ਦੀ ਵੀ ਇਹੋ ਜਿਹਾ ਉਹਦਾ ਕੀ ਦਿਮਾਗ 'ਚ ਚੱਲੀ ਜਾਂਦਾ ਹੈਗਾ। ਨਹੀਂ ਅਗਲਾ ਕਹਿੰਦਾ ਹੁੰਦਾ ਵੀ ਲੈ ਸਾਡਾ ਹੱਸਦਾ ਖੇਡਦਾ ਪਰਿਵਾਰ ਹੈ,
ਆਪਾਂ ਵਧੀਆ ਖੁਸ਼ ਰਹੀਏ। ਆਪਾਂ ਕਿਹੜਾ ਕੋਈ ਉਹਨੂੰ ਇੰਨਾ ਕਹਿੰਦੇ ਸੀ ਕੰਮ ਕਾਰ ਨੂੰ, ਸਮਝੋ ਬਾਹਰ ਹੋ ਗਈ ਕਹਾਣੀ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਚਾਹੁੰਦੀਆਂ ਕੀ ਨੇ। ਓਏ ਮੈਂ ਤੁਹਾਨੂੰ ਪਿੱਟ ਪਿੱਟ ਮਰ ਗਿਆ ਵੀ ਭਾਈ ਨਿਗਾਹ ਰੱਖੋ ਨਿਗਾਹ ਰੱਖੋ, ਹੁਣ ਰੱਬ ਜਾਣਦਾ ਭਾਈ ਉਹਦੇ ਕੰਨ ਦੇ ਵਿੱਚ ਕਿਹੜੀ ਫੂਕ ਮਾਰ ਜਾਂਦਾ ਅਗਲਾ। ਫੂਕਾਂ ਵੱਜੀਆਂ ਵਜਾਈਆਂ ਆਉਂਦੀਆਂ ਇਹੋ ਜਿਹੀਆਂ ਦੇ, ਜਿਹਨੇ ਨਹੀਂ ਮਗਰ ਲੱਗਣਾ ਹੁੰਦਾ। ਫੂਕਾਂ ਤਾਂ ਭਾਬੀ ਦੇ ਕੰਨਾਂ 'ਚ ਬਥੇਰੀਆਂ ਮਾਰੀਆਂ ਸੀ ਲੋਕਾਂ ਨੇ, ਨਾਲੇ ਤੋਂ ਤਾਂ ਛੋਟੀ ਸੀ ਉਹ। ਸਹੀ ਗੱਲ। ਹਾਂ, ਜਦੋਂ ਬਾਈ ਮੁੱਕ ਗਿਆ ਸੀਗਾ ਉਹਨੇ ਤਾਂ ਕਦੇ ਕਿਸੇ ਦੀਆਂ ਫੂਕਾਂ 'ਚ ਆ ਕੇ ਕੋਈ ਗੱਲ ਨਹੀਂ ਕੀਤੀ ਉੱਚੀ ਨੀਵੀਂ। ਹਾਂ, ਸਾਰੇ ਖਾਨਦਾਨ 'ਚ ਫਿਰ ਉਹਦੀ ਬੱਲੇ ਬੱਲੇ ਵੀ ਹੈ, ਸਲਾਉਂਦੇ ਵੀ ਨੇ ਲੋਕ, ਅਤੇ ਇਹਨੂੰ ਇਹਦੇ ਮੂੰਹ 'ਤੇ ਥੁੱਕਿਆ ਕਰਨਗੇ, ਤੂੰ ਦੇਖ ਲਈ। ਮੈਨੂੰ ਤਾਂ ਭਾਬੀ ਦੀ ਫਿਕਰ ਹੁੰਦੀ ਹੈ ਵਿਚਾਰੀ ਦੀ, ਸਾਰੀ ਉਮਰ ਤਾਂ ਉਹੀ ਗੱਲ ਆ, ਬੰਦੇ ਬਿਨਾਂ ਸਿਰ ਤੋਂ ਨੰਗੀ ਨੇ ਕੱਢ ਲਈ। ਆਹ ਹੁਣ ਉਹੀ ਗੱਲ ਹੈ, ਜੇ ਸੁੱਖ ਦਾ ਟਾਈਮ ਆਇਆ ਸੀ ਹੁਣ ਨੂੰਹ ਚੰਦਰੀ ਆ ਗਈ, ਸਭ ਤੋਂ ਜ਼ਿਆਦਾ ਮਾੜੀ ਕਿਸਮਤ ਭਾਬੀ ਦੀ ਹੈ ਵਿਚਾਰੀ ਦੀ, ਜਿਹੜੀ ਦੀ ਸਾਰੀ ਉਮਰ ਹੀ ਦੁੱਖਾਂ 'ਚ ਲੰਘ ਜੂਗੀ। ਲੈ ਦੁੱਖ ਕਹੇ ਬੜੇ ਕਹੇ, ਸਾਰੀ ਉਮਰ ਤੇਰੇ ਵਾਲੀ ਗੱਲ ਦੁੱਖਾਂ 'ਚ ਕੱਢਤੀ ਵਿਚਾਰੀ ਨੇ, ਉਹੀ ਗੱਲ ਨਾ ਕਿਸੇ ਨੂੰ ਰੋ ਕੇ ਦਿਖਾਇਆ ਉਹਨੇ। ਕਿਹਨੂੰ ਰੋ ਕੇ ਦਿਖਾਵੇ, ਕੀ ਕਰੇ, ਬਥੇਰਾ ਰੋ ਰੋ ਵਿਚਾਰੀ ਨੇ ਅੱਖਾਂ 'ਚੋਂ ਹੰਝੂ ਵੀ ਸੁਕਾ ਲਏ, ਪਰ ਉਹਦੇ ਵਰਗਾ ਤਾਂ ਕੌਣ ਬਣ ਜੂਗਾ, ਨਾ ਬਣਨਾ ਨਾ ਭਾਈ ਕੋਈ ਬਣੇ। ਨਾ ਨਾ, ਉਹ ਦੇਖ ਲੈ ਖਾਂਦੀ ਪੀਂਦੀ ਪਾਟੀ ਜਾਂਦੀ ਹੈ। ਮੇਰੀ ਗੱਲ ਸੁਣਾ, ਚੱਲ ਉਹ ਤਾਂ ਛੱਡ, ਹੁਣ ਜਿੱਥੇ ਆ ਗਈ ਉਸ ਚੀਜ਼ ਬਾਰੇ ਸੁਣ। ਆ ਆਪਣੇ ਵਾਲਾ ਮੈਨੂੰ ਕਹਿੰਦਾ, ਕਹਿੰਦਾ ਬਾਈ ਪੈਸੇ ਦਿਓ, ਕਹਿੰਦਾ ਅੱਧੇ ਪੈਸੇ ਚਾਹੀਦੇ ਨੇ ਮੈਨੂੰ, ਕਹਿੰਦਾ ਸਾਰਾ ਖਰਚਾ ਜੋੜੀ ਫਿਰਦਾ ਹੈਗਾ ਵੀ ਆਹ ਇੰਨਾ ਇੱਥੇ ਲੱਗਿਆ, ਇੰਨੀ ਇੱਥੇ ਲੱਗੇ ਨੇ, ਮੈਨੂੰ ਕਹਿੰਦਾ 70,000 ਰੁਪਇਆ ਹੋ ਗਿਆ, 70,000 ਰੁਪਇਆ ਦਿਓ ਮੈਨੂੰ, ਕਹਿੰਦਾ। ਕਾਹਦਾ ਦੇਈਏ 70,000 ਕਹਿ, ਕੀ ਗੱਲ, ਪਹਿਲਾਂ ਹੀ ਮੰਗੀ ਜਾਂਦਾ। ਮੈਂ ਕੋਈ ਗੱਲ ਨਹੀਂ, ਫਸਲ ਤਾਂ ਵੇਚ ਦੇਣ ਦੇ, ਕੋਈ ਨਹੀਂ ਦੇ ਦਿਆਂਗੇ ਤੇਰੇ ਜਿਹੜਾ ਖਰਚ ਹੋਇਆ ਹੈਗਾ, ਕਹਿੰਦਾ ਮੈਨੂੰ ਤਾਂ ਪਹਿਲਾਂ ਦਿਓ। ਐਂ ਕਹਿ, ਪਹਿਲਾਂ ਨੂੰ 13ਵਾਂ ਮਹੀਨਾ ਚੱਲੀ ਜਾਂਦਾ, ਝਾੜੀ ਲੱਗਦੇ ਨੇ ਪੈਸੇ, ਕੱਲਾ ਦੇਖ ਕਰਦਾ। ਅਸੀਂ ਕਹਿ ਤਾਂ ਹੋਰ ਹੀ ਟੈਨਸ਼ਨਾਂ 'ਚ ਬਥੇਰਾ ਤੁਰੇ ਫਿਰਦੇ ਹਾਂ, ਇੱਕ ਤੂੰ ਲੱਗ ਜਾ ਇੱਥੇ, ਤੈਨੂੰ ਪਤਾ ਇਹਨਾਂ ਨੂੰ ਤਾਂ ਆਪ ਚਿਹੇਡਾਂ ਆਉਂਦੀਆਂ ਨੇ, ਮੈਂ ਤਾਂ ਕੱਲ੍ਹ ਦੀ ਅੰਦਰੋਂ ਇੰਨੀ ਨਿਕਲੀ ਹੈਗੀ ਗੀ, ਅਤੇ ਇਹਨਾਂ ਨੂੰ ਆਏ ਆਗਾ ਵੀ ਭਾਈ ਚਿਹੇਡਾਂ ਆਪਦਿਆਂ ਨੇ ਕਰਾਈਆਂ ਨੇ। ਇਹਨੂੰ ਪਤਾ ਕੀ ਹੋ ਗਿਆ, ਇਹਨੂੰ ਤੈਨੂੰ ਪਤਾ ਪਤਾ ਲੱਗ ਹੀ ਜਾਂਦਾ ਹੁੰਦਾ ਮਾੜਾ ਮੋਟਾ, ਇਹਨੂੰ ਆਏ ਹੋ ਗਿਆ ਵੀ ਇਹ ਉੱਥੋਂ ਪੱਕੇ ਆ ਗਏ ਤੇ। ਹਾਂ, ਰਾਜੀ ਇਹ ਵੀ ਨਹੀਂ, ਲੈ ਇੱਥੋਂ ਇਹਨਾਂ ਨੂੰ ਆਇਆ ਵੀ ਵਧੀਆ ਗਏ ਹੋਏ ਸੀ, ਸਾਰਾ ਕੁਛ ਸਾਡੇ ਹੱਥ ਸੀਗੇ, ਕੋਈ ਨਹੀਂ ਕਿਸੇ 'ਤੇ ਰਾਜੀ ਹੈਗਾ। ਮੈਨੂੰ ਤਾਂ ਸਮਝ ਨਹੀਂ ਆਉਂਦੀ, ਜਦੋਂ ਕਹਿੰਦੇ ਆ ਵਕਤ ਪੈਂਦਾ ਉਦੋਂ ਸਾਰਿਆਂ ਦੇ ਚਿਹਰਿਆਂ ਤੋਂ ਨਕਾਬ ਲੈਂਦੇ ਨੇ ਵੀ ਕੌਣ ਕਹੇ ਜਿਹਾ, ਕੌਣ ਕੀ ਚਾਹੁੰਦਾ। ਉਹਦਾ ਤਾਂ ਮੂੰਹ ਉੱਡ ਗਿਆ ਜਦੋਂ ਮੈਂ ਮੈਸ ਖੋਲ ਕੇ ਲਿਆਇਆ ਨਾ, ਮੈਨੂੰ ਕਹਿੰਦੀ ਬਾਈ ਤੁਸੀਂ, ਮੈਂ ਕਿਹਾ ਕਿਉਂ ਕੀ ਗੱਲ, ਸਾਡਾ ਘਰ ਪਿਆ ਸਾਰੇ ਹੈਗੇ ਨੇ ਇੱਥੇ, ਅਸੀਂ ਆਉਣਾ ਨਹੀਂ ਸੀ, ਮੈਂ ਕਿਹਾ ਅਸੀਂ ਕੋਈ ਉੱਥੇ ਪੱਕੇ ਗਏ ਸੀ, ਮੈਂ ਕਿਹਾ ਹਾਂ ਆਉਣਾ ਹੀ ਸੀ ਅਸੀਂ ਆਪਦੇ ਘਰੇ। ਹਾਂ ਬਸ ਪੁੱਛਣਾ, ਲੋਕਾਂ ਦਾ ਤਾਂ ਸਰਿਆ ਪਿਆ ਗਾ। ਹਾਂ ਕਿਵੇਂ ਬਾਈ, ਠੀਕ ਹੈ? ਬਸ ਅਸੀਂ ਜੇ ਆ, ਠੀਕ ਠੂਕ ਤਾਂ ਕੁਛ ਨਹੀਂ ਹੈਗਾ, ਇੱਕ ਮੈਨੂੰ ਬੈਠਾ ਹੋ ਜਾਣ ਦੇ। ਬਹਿ ਜਾ। ਕਿਵੇਂ ਗੇੜਾ ਮਾਰ ਲਿਆ ਤੈਂ? ਓਏ ਹੋਰ ਬਾਈ, ਗੇੜਾ ਤਾਂ ਮਾਰ ਨਹੀਂ ਸੀ, ਮਹਾ ਬਾਈ ਕੋਲ ਜਾਇਆ ਮੈਂ, ਦੁੱਖ ਸੁੱਖ ਕਰਿਆ ਮੈਂ ਉਹਦੇ ਨਾਲ। ਭਾਈ ਵਧੀਆ ਰਿਹਾ ਕਾਕੇ, ਆ ਗਿਆ ਤੂੰ, ਹੁਣ ਤਾਂ ਜੀ ਜਾ ਨਹੀਂ ਲੱਗਦਾ ਹੈਗਾ। ਉਹ ਭਰਾਵਾ ਜੀ ਤਾਂ ਦੇਖ ਲਾਉਣਾ ਹੀ ਪੈਂਦਾ, ਇਹ ਤਾਂ ਚੱਲਦਾ ਹੀ ਰਹਿੰਦਾ ਮਾੜਾ ਮੋਟਾ ਤਾਂ ਘਰਾਂ 'ਚ। ਬਾਹਲੀ ਗੱਲ ਨਾ ਮਨ 'ਤੇ ਲਾਇਆ ਕਰ ਤੂੰ। ਇਹ ਮਾੜਾ ਮੋਟਾ ਨਹੀਂ ਹੈਗਾ ਕਾਕੇ, ਇਹ ਬਾਹਲਾ ਜ਼ਿਆਦਾ ਹੋ ਗਿਆ। ਉਹ ਤਾਂ ਪਤਾ ਹੀ ਆ ਬਾਈ, ਹੋ ਤਾਂ ਗਈ। ਹੁਣ ਮੈਨੂੰ ਆਪਣੀ ਕੁੜੀ ਦਾ ਫਿਕਰ ਜਿਹਾ ਲੱਗਿਆ ਪਿਆ, ਮਹਾਂ ਦੇਖ ਲੈ ਸਾਰੀ ਜ਼ਿੰਦਗੀ ਉਹਨੇ ਕੁੜੀ ਨੇ ਉਰੇ ਕੱਢ ਲਈ, ਹੁਣ ਭਾਈ ਆਪਦੇ ਸਹੁਰੀ ਗਈ ਆ, ਹੈ ਕਿਵੇਂ ਉਹ ਭਾਈ ਗੱਲਾਂ ਸਹਿੰਦੀ ਹੋਣੀ, ਸ਼ਰੀਕ ਤੈਨੂੰ ਪਤਾ ਵੱਧ ਚੜ੍ਹ ਕੇ ਗੱਲਾਂ ਕਰਦੇ ਹੋਣਗੇ, ਹੈ ਬਾਈ। ਫਿਰ ਕਰੇ ਵੀ ਕੀ ਵਿਚਾਰੀ, ਉਹਨੇ ਤਾਂ ਹੁਣ ਆਪਣੇ ਕਿਹੜਾ ਸਾਰੇ ਪਿੰਡ ਨੂੰ ਪਤਾ ਹੈ, ਸਾਰਾ ਬਾਨਾ ਬੀੜਾ ਉਹਨਾਂ ਨੇ ਚੱਕਿਆ ਸੀ, ਫਿਰ ਐਂ ਹੁਣ ਬਾਈ ਜਲੀਲ ਤਾਂ ਨਹੀਂ ਹੋ ਜਾਂਦਾ, ਕਹਾਇਆ ਤਾਂ ਨਹੀਂ ਜਾਂਦਾ ਰੋਜ਼? ਬਾਹਲੇ ਮਾੜੇ ਹਾਲਾਤ ਆ ਗਏ ਕਾਕਾ,
ਤੂੰ ਆਪਦਾ ਮਨ ਨਾ ਹੌਲਾ ਕਰ, ਜੇ ਤੂੰ ਮਾੜਾ ਮੋਟਾ ਆਪਦਾ ਮਨ ਕਰੜਾ ਰੱਖੇਗਾ ਫੇਰ ਹੀ ਪਰਿਵਾਰ ਦਾ ਦੇਖੇਗਾ ਬਾਈ। ਉਹ ਹਰਜੀਤ ਬੁਸ ਬੁਸ ਕਰੀ ਜਾਂਦਾ ਉੱਥੇ ਖੇਤ ਮਿਲਿਆ ਸੀ ਮੈਨੂੰ ਤਾਂ, ਉਹ ਰੋਣ ਲੱਗ ਗਿਆ ਬਾਪੂ ਐਂ ਹੋ ਗਿਆ ਵਾਹ ਹੋ ਗਿਆ। ਮੈਂ ਕੋਈ ਗੱਲ ਨਹੀਂ ਭਾਈ ਸ਼ੇਰਾ, ਤੂੰ ਮਨ ਨਾ ਹੌਲਾ ਕਰ ਆਪਦਾ। ਪਤਾ ਮੈਨੂੰ ਹਰਜੀਤ ਦਾ ਦੇਖਿਆ ਨਹੀਂ ਜਾਂਦਾ ਮੈਥੋਂ, ਤੇਰੇ ਕੋਲੋਂ ਹੀ ਗਿਆ ਸੀਗਾ ਤੜਕੀ, ਰੋਈ ਗਿਆ ਬਾਪੂ ਕੀ ਕਰੀਏ ਹੁਣ ਕੀ ਕਰੀਏ, ਰੋਣ ਆਪਦਾ ਵੀ ਆ ਜਾਂਦਾ। ਮਹਾ ਭਾਈ ਤੁਸੀਂ ਕੰਮ ਧੰਦਾ ਕਰ ਲਓ, ਕੋਈ ਗੱਲ ਨਹੀਂ ਮਿਲਿਆ ਹੀ ਤੂੰ ਜਾ ਕੇ ਮਿਲਿਆ ਹੀ ਹੈ। ਹਾਂ ਫਿਰ ਹੋਰ ਕੀ ਹੈ। ਹਾਂ ਹੁਣ ਮੈਨੂੰ ਐਂ ਸਮਝ ਨਹੀਂ ਆ ਰਹੀ ਵੀ ਇਹਨਾਂ ਦਾ ਬਣੂਗਾ ਕੀ। ਉਹ ਤਾਂ ਚੱਲ ਭਾਈ ਬਾਗੀ, ਹੁਣ ਇਹ ਸਹੁਰੀ ਦੀ ਨੂੰਹ ਆਪਣੀ ਜ਼ਿਆਦੇ ਤੇਜ਼ ਹੈ। ਇਹ ਕੁੜੀ ਭਾਈ ਮੈਨੂੰ ਐਂ ਸਮਝ ਨਹੀਂ ਆ ਰਿਹਾ ਵੀ ਇਹ ਚਾਹੁੰਦੀ ਕੀ ਹੈ। ਹੈ ਮਾੜੀ ਗੱਲ ਆ ਬਾਈ, ਦੇਖ ਮਾੜੀ ਮਾੜੀ ਗੱਲ 'ਤੇ ਐਵੇਂ ਕਚੀਰਾ ਕਰੀ ਜਾਣਾ ਬਿਨਾਂ ਗੱਲ ਤੋਂ, ਕੋਈ ਦੁੱਖ ਨਹੀਂ ਤਕਲੀਫ ਨਹੀਂ, ਸਾਰਾ ਪਰਿਵਾਰ ਵਧੀਆ। ਕਰਮ ਮਾੜੇ ਨੇ ਭਾਈ ਹਰਜੀਤ ਦੇ, ਉਹੀ ਗੱਲ ਹੈ ਮਾੜੇ ਕਰਮ ਹੀ ਲਾ ਲੈ ਵਿਚਾਰੇ ਦੇ, ਸਾਰੀ ਉਮਰ ਕਦੇ ਵਿਚਾਰੇ ਨੇ ਕਿੱਲੇ ਗੋਹੇ 'ਤੇ ਪੈਰ ਨਹੀਂ ਧਰਿਆ ਹੈਗਾ। ਹੈ ਇਹਨੂੰ ਤਾਂ ਊਂ ਵੀ ਬਾਈ ਸੋਚ ਨਹੀਂ ਸੀ ਉਹਦੇ ਰਾਜ ਦੇ ਸਿਰ 'ਤੇ, ਭੱਜਿਆ ਫਿਰਦਾ ਸੀ ਕਿੰਨਾ ਖੁਸ਼ ਸੀ। ਹੈ ਸੋਚ ਤਾਂ ਸਾਨੂੰ ਕਿਸੇ ਨੂੰ ਵੀ ਨਹੀਂ ਤੀ ਕਾਕੇ, ਹੋਰ ਬਾਈ ਸਾਰੀ ਸੰਭਾਲ ਰੱਖਿਆ ਸੀ ਉਹਨਾਂ ਨੇ। ਹਾਂ ਦੇਖ ਲੈ ਘਰੇ ਬੁੜੀਆਂ ਵਾਲੇ ਕੰਮਾਂ ਦੀ ਸੋਚ ਨਹੀਂ ਤੀ ਕੁੜੀ ਕਰਕੇ, ਹੈ ਖੇਤੀਬਾੜੀ ਵਾਲੇ ਕੰਮ 'ਚ ਆਪਾਂ ਨੂੰ ਪ੍ਰਾਹੁਣੇ ਕਰਕੇ ਸੋਚ ਨਹੀਂ ਤੀ, ਸਾਰਾ ਜਿਹੜਾ ਭਾਈ ਤੋਰੀ ਫਿਰਦਾ ਤੀ ਕਬੀਲਦਾਰੀ ਨੂੰ। ਹੋਰ ਬਾਈ ਹੁਣ ਮੈਨੂੰ ਐਂ ਸਮਝ ਨਹੀਂ ਆ ਰਹੀ ਕਾਕੇ, ਕੋਈ ਮੈਨੂੰ ਹੱਲ ਦੱਸੇ ਇਸ ਗੱਲ ਦਾ ਵੀ ਕੀ ਬਣੂਗਾ। ਬਾਈ ਤੂੰ ਫਿਕਰ ਨਾ ਕਰ, ਕੋਈ ਨਹੀਂ ਆਹ ਦੋ ਚਾਰ ਦਿਨਾਂ 'ਚ ਕੰਮ ਜਿਹਾ ਨਿਬੜ ਜਾਣਦੇ, ਮੈਂ ਕਹੂੰਗਾ ਕਰਮੇ ਨੂੰ ਹਰਜੀਤ ਨਾਲ ਲੱਗ ਲਗਾ ਕੇ ਦਾਣਾ ਫੱਕਾ ਇਕੱਠਾ ਕਰ ਲੈਣ ਦੇ ਇਹਨਾਂ ਨੂੰ। ਕੋਈ ਨਹੀਂ ਆਪਾਂ ਕਰਦੇ ਹਾਂ ਬੰਦੇ ਇਕੱਠੇ, ਐਂ ਕਿਵੇਂ ਸਰੂਗਾ, ਆਪਾਂ ਗੱਲ ਕਰਾਂਗੇ ਭਾਈ ਇਹਦੇ ਸਹੁਰੇ ਨੂੰ ਸੱਦਾਂਗੇ ਮੁੰਡੇ ਦੇ ਨੂੰ। ਸਹੀ ਗੱਲ ਆ ਕਾਕੇ। ਹਾਂ ਬੈਕੀ ਦਾ ਹੱਲ ਹੋਊਗਾ ਇਹਦਾ ਤਾਂ। ਇੱਕ ਗੱਲ ਹੋਰ ਵੀ ਆ, ਦੇਖ ਲੈ ਆਪਦੇ ਆਪ ਨੂੰ ਬਸ਼ਰਮੀ ਆਉਂਦੀ ਹੈ ਵੀ ਰੋਜ਼ ਦਾ ਇਕੱਠ ਹੋ ਰਿਹਾ ਹੈ, ਅਗਲਾ ਕੀ ਕਹੂਗਾ ਵੀ ਪਤਾ ਨਹੀਂ ਯਾਰ ਇਹ ਬੰਦਿਆਂ 'ਚ ਕੋਈ ਕਾਣ ਮੀਣ ਆ। ਜਿਹੜਾ ਬੰਦਾ ਦੂਜਾ ਆਉਂਦਾ ਹੈ ਉਹ ਇਹ ਸੋਚਦਾ ਹੈ। ਹੈ ਉਹ ਬਾਈ ਫਿਰ ਕਿੰਨਾ ਕੁ ਗਲ ਕਟਾਈ ਜਾਵਾਂਗੇ ਆਪਦਾ, ਕਿੰਨਾ ਕੁ ਚਿਰ ਚੁੱਪ ਰਹਾਂਗੇ ਇੱਥੇ, ਸਿਆਣਪਾਂ ਕੰਮ ਨਹੀਂ ਕਰਦੀਆਂ ਬਾਹਲਾ ਚਿਰ, ਫਿਰ ਜਦੋਂ ਐਂ ਹੋਣ ਲੱਗ ਜੇ। ਮੈਨੂੰ ਐਂ ਲੱਗਦਾ ਕਾਕੇ ਮੇਰਾ ਵੀ ਥੋੜ੍ਹਾ ਹੀ ਸਮਾਂ ਪਾਈ। ਉਹ ਤੂੰ ਐਂ ਨਾ ਕਿਹਾ ਕਰ ਬਾਈ, ਫਿਰ ਮੇਰਾ ਨਹੀਂ ਮਨ ਲੱਗਦਾ ਜੇ ਤੂੰ ਐਂ ਜੇ ਕਰ ਲੱਗਿਆ, ਤੂੰ ਆਪਦੀ ਨਾ ਦਵਾਈ ਬੂਟੀ ਗੌਰ ਨਾਲ ਲੈ ਲਿਆ ਕਰ, ਕਿਤੇ ਸਾਰਾ ਕੁਛ ਹੀ ਛੱਡ ਦੇ। ਮੈਨੂੰ ਤਾਂ ਝੋਰਾ ਲੱਗਿਆ ਪਿਆ ਕੀ ਬਣੂਗਾ ਇਸ ਘਰ ਦਾ। ਹੈ ਬਸ ਇਹੋ ਹੀ ਗੱਲ ਹੈ ਜਿਹੜੀ ਮੇਰੀ ਸਾਰਾ ਦਿਨ ਦਿਮਾਗ 'ਚ ਬਈ ਘੁੰਮੀ ਜਾਂਦੀ ਰਹਿੰਦੀ ਆ। ਬਈ ਹੋ ਤਾਂ ਜਾਂਦੇ ਹੀ ਆ, ਹੁਣ ਜਦੋਂ ਪਰਿਵਾਰ ਦੇ ਵਿੱਚ ਤੂੰ ਤੂੰ ਮੈਂ ਹੋਣ ਲੱਗ ਜੇ ਫਿਰ ਤੈਨੂੰ ਪਤਾ ਦਿਲ ਤਾਂ ਦੁਖੀ ਹੁੰਦੇ ਹੀ ਆ ਬੰਦੇ ਦਾ। ਸ਼ੂਗਰ ਜਿਹਾ ਵੱਧ ਗਿਆ, ਦਵਾਈ ਜੀ ਵੀ ਖਾਈ ਜਾਂਦਾ, ਨਾ ਤਾਂ ਕੋਈ ਦਵਾਈ ਜੀ ਕੰਮ ਕਰਦੀ ਹੈ, ਟੈਂਸ਼ਨ ਹੋ ਰਹੀ ਆ ਗੱਲ ਦੀ। ਓਏ ਹੋਰ ਬਾਈ ਚੱਲ ਤੂੰ ਬਾਹਲਾ ਨਾ ਸੋਚਿਆ ਕਰ। ਸੋਚਦਾ ਕੌਣ ਹੁੰਦਾ ਹੈ, ਸੋਚ ਤਾਂ ਹੋ ਜਾਂਦੀ ਹੈ ਜਿਉਂਦੇ ਜੀ ਤਾਂ ਭਾਈ, ਉਹੀ ਗੱਲ ਹੈ ਵੀ ਬੰਦੇ ਦੀ ਫਿਕਰ ਮੁੱਕਦੀ ਨਹੀਂ ਹੈਗੀ। ਮੈਂ ਤਾਂ ਸੱਚ ਜਾਣੀ ਗੱਲ ਨੂੰ ਕਾਕੇ, ਰਾਤ ਮੈਂ ਹੱਥ ਜੋੜ ਲਏ ਰੱਬ ਮੋਹਰੇ ਵੀ ਰੱਬਾ ਮੈਨੂੰ ਚੱਕ ਲੈ। ਉਹ ਬਸ ਕਰ ਬਾਈ ਤੂੰ ਐਂ ਨਾ ਕਰਿਆ ਕਰ ਮੇਰੇ ਕੋਲੇ। ਬਸ ਜਿਹੜੇ ਕੋਈ ਦੁੱਖ ਦੇਖਣੇ ਹੁੰਦੇ ਨੇ ਨਾ ਬੰਦੇ ਨੇ, ਕਰਮਾਂ ਦੀਆਂ ਗੱਲਾਂ ਹੁੰਦੀਆਂ ਨਾ ਬਾਈ, ਸਾਰੇ ਨਹੀਂ ਕਿਸੇ ਦੇ ਇਹ। ਬਾਹਲੀ ਔਖ ਹੈ ਮੇਰੇ ਸਰੀਰ ਕਿਹੜਾ ਆਪਾਂ ਨੂੰ ਪਤਾ ਹੁੰਦਾ।
ਸਾਰੀ ਜ਼ਿੰਦਗੀ ਮੈਂ ਔਖ ਦੇਖੀ ਆ। ਹੋਰ ਬਈ ਔਖ ਕੀ ਆ, ਹੋਰ ਕੀ ਹੈ, ਕਦੇ ਦੇਖਿਆ ਮੈਂ ਸੁੱਖ ਦਾ ਸਾਰੀ ਆਇਆ ਮੈਨੂੰ ਸਾਰੀ ਜ਼ਿੰਦਗੀ। ਹੋਰ ਚਾਚੀ ਕਿਵੇਂ ਹੋ? ਹਾਂ ਚਾਚੀ ਤਾਂ ਠੀਕ ਹੈ, ਤੇ ਭੈਣ ਨਹੀਂ ਦਿਸਦੀ? ਮੰਮੀ ਉਹ ਤਾਂ ਗੁਰਦੁਆਰੇ ਗਏ ਸੀਗੇ, ਕਿਵੇਂ ਕੰਮ ਸੀ ਕੋਈ? ਨਾ ਨਾ, ਮੈਂ ਤਾਂ ਤੇਰੇ ਕੋਲ ਹੀ ਆਈ ਸੀ। ਅੱਛਾ ਅੱਛਾ, ਹੋਰ ਦੱਸੋ ਕਿਵੇਂ ਹੋ? ਦੱਸਣਾ ਕੀ ਹੈ ਨਾ, ਆ ਕੀ ਤਾਂ ਨਵਾਂ ਚੰਦ ਚਾੜਤਾ। ਕਿਉਂ, ਮੈਂ ਕੀ ਕੀਤਾ? ਅਸੀਂ ਤਾਂ ਸਿੰਗਲ ਸਿੰਗਲ ਬਾਲ ਖੇਡਦੇ ਰਹੇ ਤੇ ਤੂੰ ਮਾਂ ਦੀ ਧੀ ਨੇ ਲੈਂਦੀ ਨੇ ਛੱਕਾ ਮਾਰਿਆ। ਚਾਚੀ ਛੱਕਾ ਵੀ ਇਹੋ ਜਿਹਾ ਮਾਰਿਆ, ਭੂਆ ਗਈ ਬਾਉਂਡਰੀ ਪਾਰ। ਨਹੀਂ ਚੱਲ ਫਿਰ ਵੀ ਸੰਭਲ ਕੇ, ਕਿਤੇ ਉਈ ਨਾ ਕੈਚ ਆਊਟ ਹੋ ਜੀ, ਬਾਅਦ 'ਚ ਬੇੜਾ ਹੱਥ ਨਹੀਂ ਆਉਣਾ। ਕੋਈ ਨਹੀਂ ਚਾਚੀ, ਮੇਰੀ ਗੇਮ ਹੈ, ਮੈਨੂੰ ਪਤਾ ਕਿਹੜੇ ਰੂਲ ਨੇ ਇੱਥੇ, ਹਾਪੀ ਖੇਡ ਲੂੰ ਮੈਂ, ਤੂੰ ਟੈਨਸ਼ਨ ਨਾ ਲੈ। ਨਹੀਂ ਚੱਲ, ਮੈਨੂੰ ਤਾਂ ਫਿਰ ਵੀ ਤੇਰੀ ਟੈਨਸ਼ਨ ਹੁੰਦੀ ਹੈ, ਵੀ ਅਸੀਂ ਤਾਂ ਪੁਰਾਣੇ ਖਿਡਾਰੀ ਤੇ ਹੁਣ ਤੱਕ ਦੋ ਪੇ ਚਲਾਈ ਗਏ, ਸਾਡੀ ਤਾਂ ਅੱਜ ਤੱਕ ਚੱਲੀ ਨਹੀਂ ਹੈਗੀ, ਤੇ ਤੂੰ ਕੱਲ੍ਹ ਦੀ ਜਵਾਕੜੀ ਨੇ ਆ ਕੇ ਕਮਾਲ ਹੀ ਕਰਤੀ। ਕਰਨੀ ਪੈਂਦੀ ਹੁੰਦੀ ਹੈ ਚਾਚੀ ਕਮਾਲ ਵੀ, ਜਦੋਂ ਨਾ ਪਾਣੀ ਸਿਰ ਤੋਂ ਟੱਪ ਜੇ। ਇਹ ਬਹੁਤ ਬਣਦੀਆਂ ਸੀ ਨਨਾਣ ਭਰਜਾਈ, ਦਿਖਾਤੀ ਨਾ ਔਕਾਤ ਦੋਨਾਂ ਨੂੰ। ਨਹੀਂ ਚੱਲ ਵਧੀਆ ਕੀਤਾ ਤੈਂ, ਹੁਣ ਤੇਰੀ ਜ਼ਿੰਦਗੀ ਸੌਖੀ ਨਿਕਲ ਜੂਗੀ, ਨਹੀਂ ਸਾਰਾ ਦਿਨ ਬਸ ਰੋਕ ਟੋਕ ਹੁੰਦੀ ਰਹਿੰਦੀ ਤੀ, ਆਹ ਤਾਂ ਕੰਮ ਆਏ ਨਹੀਂ ਕੀਤਾ, ਆਹ ਤਾਂ ਆਏ ਨਹੀਂ ਕੀਤਾ, ਇਹਦੀ ਇੱਜ਼ਤ ਨਹੀਂ ਕੀਤੀ, ਉਹਦੀ ਇੱਜ਼ਤ ਨਹੀਂ ਕੀਤੀ, ਹੁਣ ਆਪਦੀ ਤੂੰ ਜਾਣ ਦੀ ਜਾਣ ਹੈ। ਆ ਰਹੀ ਗੱਲ ਤੇਰੀ ਸੱਸ ਦੀ, ਇਹ ਕਿੰਨੇ ਕੁ ਪੈਰ ਮਾਰੂਗੀ? ਇਹ ਤਾਂ ਕੁਛ ਨਹੀਂ ਕਰ ਸਕਦੀ ਚਾਚੀ, ਨਾਲੇ ਦੇਖੀ ਚੱਲ, ਸਾਰੇ ਟੱਬਰ ਨੂੰ ਆਪਦੀਆਂ ਉਂਗਲਾਂ ਦੇ ਨਾਲ ਨਚਾਇਆ ਨਾ, ਮੈਨੂੰ ਵੀ ਕੀ ਕਮਲ ਜਾਣਨਗੇ। ਨਹੀਂ ਪਹਿਲਾਂ ਤਾਂ ਮੈਂ ਤੈਨੂੰ ਭੋਲੀ ਸਮਝਦੀ ਤੀ, ਆਹ ਜਦੋਂ ਤਾਂ ਉਦੋਂ ਦੇਖੋ ਮੇਰੇ ਸੱਸ ਦਾ ਨਾਂ ਧਰਤਾ ਤੀ, ਵੀ ਮੈਨੂੰ ਉਹ ਸਿਖਾ ਕੇ ਗਈ ਹੈ, ਮੈਨੂੰ ਵੀ ਤੇਰੇ ਤੋਂ ਨਾ ਡਰ ਜਿਹਾ ਲੱਗਣ ਲੱਗ ਗਿਆ ਤੀ, ਮਾਂ ਕੀ ਇਤਵਾਰ ਹੈ ਕੱਲ੍ਹ ਨੂੰ ਮੇਰੇ ਵਰਗੀ ਦਾ ਨਾਂ ਧਰ ਦੇ। ਪਰ ਮੈਨੂੰ ਇੰਨਾ ਨਹੀਂ ਪਤਾ ਤੀ ਵੀ ਤੂੰ ਇੰਨੀ ਡੂੰਘੀ ਹੈ, ਉਹ ਨਹੀਂ ਕਹਿੰਦੇ ਹੁੰਦੇ ਜਿੰਨਾ ਉੱਪਰ ਦਿਖਦਾ ਓਨੀ ਤੂੰ ਧਰਤੀ ਦੇ ਵਿੱਚ ਹੈ, ਇਹ ਮੈਨੂੰ ਤੇਰੇ 'ਤੇ ਹੁਣ ਯਕੀਨ ਹੋਇਆ। ਹੋ ਗਿਆ ਨਾ ਚਾਚੀ ਯਕੀਨ? ਪੱਕਾ। ਇੱਕ ਟਾਈਮ ਸੀ ਦੇਖੋ ਮੈਂ ਤੁਹਾਡੇ ਤੋਂ ਸਲਾਹਾਂ ਲੈਣ ਆਉਂਦੀ ਸੀ, ਅਤੇ ਅੱਜ ਤੁਸੀਂ ਆ ਕੇ ਮੈਨੂੰ ਸਲਾਹ ਰਹੇ ਹੋ ਵੀ ਮੈਂ ਕਿੰਨੀ ਵਧੀਆ ਸਕੀਮ ਘੜੀ ਹੈ। ਸਹੀ ਗੱਲ ਹੈ, ਕਾਬਲੇ ਤਾਰੀਫ ਕੰਮ ਕੀਤਾ ਤੂੰ, ਅਤੇ ਉਹ ਨਹੀਂ ਦਿੰਦਾ। ਕੌਣ, ਹਰਜੀਤ? ਹਾਂ ਉਹ ਹੀ, ਤੇਰੇ ਘਰ ਵਾਲਾ। ਉਹ ਤਾਂ ਖੇਤ ਗਏ ਨੇ, ਫਿਰ ਫੁੱਫੜ ਜੀ ਤਾਂ ਹੁਣ ਹੈ ਨਹੀਂ, ਖੇਤ ਖੂਤ ਦਾ ਕੰਮ ਕਰਦਾ ਫਿਰਦਾ ਰਹਿੰਦਾ, ਮੈਨੂੰ ਤਾਂ ਬੁਲਾਉਂਦਾ ਹੀ ਨਹੀਂ ਹੈਗਾ, ਕੱਲ੍ਹ ਦਾ ਮੇਰੇ ਨਾਲ ਬੋਲਿਆ ਹੀ ਨਹੀਂ ਹੈਗਾ, ਮੈਂ ਕਿਹਾ ਰੋਟੀ ਖਾ ਲਓ, ਨਾ ਹਾਂ ਨਾ ਹੂੰ, ਤੜਕੇ ਵੀ ਸਨੇਹ ਹੀ ਖੇਤ ਵਗ ਗਿਆ। ਮੈਂ ਕਿਹਾ ਚੱਲ ਮਰਜ਼ੀ ਆ, ਆਪ ਹੀ ਦੋ ਚਾਰ ਦਿਨ ਰੁੱਸ ਕੇ ਆਪ ਹੀ ਬੁਲਾ ਲੈਣਗੇ। ਨਹੀਂ ਉਹ ਸਮਝ 'ਚ ਨਹੀਂ ਆਉਂਦਾ ਹੈਗਾ ਵੀ ਉਹਨੇ ਆਪਦੇ ਘਰੇ ਤਾਂ ਚੱਲ ਜਾਣੀ ਤੀ, ਜਿੰਨਾ ਟਾਈਮ ਚੱਲ ਤੇਰਾ ਨਹੀਂ ਵਿਆਹ ਹੋਇਆ ਹੈ ਨਾ, ਤੂੰ ਕਬੀਲਦਾਰੀ ਸਾਹਮਣੇ ਜੋਗਾ ਨਹੀਂ ਤੀ, ਚੱਲ ਅਗਲਿਆਂ ਨੇ ਤੁਹਾਡਾ ਇੱਥੇ ਤੱਕ ਲਿਆ ਤਾਂ ਬਹੁਤ ਹੈ, ਹੁਣ ਇਹਨਾਂ ਨੇ ਵੀ ਉਹਨਾਂ ਨੂੰ ਜੂੜੇ ਪਾ ਰੱਖਿਆ ਤੀ, ਜਾਣ ਹੀ ਨਹੀਂ ਦਿੰਦੇ ਤੇ ਮਾਂ ਦੇ ਪੁੱਤ। ਗੱਲ ਤਾਂ ਉਹੀ ਹੈ ਨਾ ਚਾਚੀ, ਉਹ ਤਾਂ ਮਾਲਕਣ ਬਣੀ ਬੈਠੀ ਸੀ ਘਰ ਦੀ, ਇਹੀ ਗੱਲ ਮੈਨੂੰ ਬਰਦਾਸ਼ਤ ਨਹੀਂ ਸੀ ਬਸ, ਤੇ ਮਾਲਕਣ ਬਣੀ ਨਹੀਂ ਬੈਠੀ ਤੇ ਇਹਨਾਂ ਨੇ ਮਾਲਕਣ ਉਹਨੂੰ ਬਣਾਇਆ ਤੀ। ਹੈਂ, ਤੇਰੇ ਸਾਹਮਣੇ ਤੂੰ ਹੀ ਦੇਖਦੇ ਤੇਰੀ ਸੱਸ ਉਹਦਾ ਕਿਵੇਂ ਪਾਣੀ ਭਰਦੀ ਤੀ ਸਾਰਾ ਦਿਨ, ਜਿਵੇਂ ਉਹਨੇ ਗੱਲ ਕਹੀ ਤੀ ਬਸ ਉਵੇਂ ਹੀ ਹੋਊਗੀ। ਪਾਣੀ ਭਰਦੀ ਨਹੀਂ ਸੀ ਚਾਚੀ, ਪਾਣੀ ਤਾਂ ਹਲੇ ਤੱਕ ਭਰਦੀ ਆ ਉਹ, ਮੇਰੇ ਨਾਲ ਮਾੜੀ ਮਾੜੀ ਗੱਲ 'ਤੇ ਭੂਆ ਵਿੱਚ ਲੜ ਪੈਂਦੀ ਆ। ਤੂੰ ਐਂ ਕਿਉਂ ਬੋਲਦੀ ਆ, ਤੂੰਨੇ ਕੱਢਿਆ ਭੂਆ ਨੂੰ, ਜੇ ਘਰ 'ਚ ਕੋਈ ਕੁਛ ਕਲੇਸ਼ ਹੁੰਦਾ ਤੇਰੇ ਕਰਕੇ ਹੁੰਦਾ। ਮੈਨੂੰ ਅੱਜ ਕਹਿੰਦੀ ਜੇ ਪਾਪੂ ਨੂੰ ਕੁਛ ਹੋ ਗਿਆ ਨਾ ਉਹਦੀ ਜ਼ਿੰਮੇਵਾਰ ਤੂੰ ਹੋਏਂਗੀ। ਮੈਂ ਕਿਹਾ ਦੇਖ ਮਾਂ, ਇਹ ਤਾਂ ਤੂੰ ਨਜਾਇਜ਼ ਦੂਸ਼ਣ ਲਾਉਂਦੀ ਆ ਮੇਰੇ 'ਤੇ, ਸਿੱਧੀ ਜਿਹੀ ਗੱਲ ਆ, ਬਾਪੂ ਦੀ ਹੋਈ ਪਿਆ ਉਮਰ। ਹੁਣ ਭੂ ਚਾਚੀ ਕੀ ਪਤਾ ਚੱਲਦਾ ਬੰਦੇ ਦਾ ਕਿਹੜੇ ਵੇਲੇ ਕੀ ਹੋ ਜੇ, ਕੱਲ੍ਹ ਤਾਂ ਇਹ ਮੇਰੇ ਸਿਰ ਠੂਣਾ ਬਣ ਦੇਣਗੇ ਵੀ ਹਾਂ ਹਾਂ ਬਹੂ ਨੇ ਕੀਤਾ ਸਾਰਾ ਕੁਛ। ਨਹੀਂ, ਮਰਨਾ ਜੰਮਣਾ ਤਾਂ ਕਿਤੇ ਪਰਮਾਤਮਾ ਦੇ ਹੱਥ 'ਚ ਹੈ, ਹਾਂ ਮੇਰੇ ਹੱਥ ਵਾਸਤੇ ਕੁਛ ਹੈ ਨਹੀਂਗਾ।
ਨਾਲੇ ਹੁਣ ਬੁੜਾ ਸ਼ੂਗਰ ਦਾ ਤਾਂ ਖਾਧਾ ਪਿਆ, ਕੀ ਪਤਾ ਕਿਹੜੇ ਵੇਲੇ ਸੁੱਤੀ ਸੁੱਤਾ ਰਹਿ ਜੇ ਉਹ। ਗੱਲ ਤਾਂ ਉਹੀ ਹੈ ਨਾ ਚਾਚੀ, ਪਰ ਇਹਨਾਂ ਦੇ ਬੁੱਥ ਚ ਕੌਣ ਬਾੜੇ। ਇਹਨਾਂ ਨੂੰ ਤਾਂ ਉਹੀ ਗੱਲ ਹੈ ਨਾ, ਜਦੋਂ ਇੱਕ ਬੰਦਾ ਮਾੜਾ ਲੱਗਦਾ ਉਹ ਸਾਰੀ ਜ਼ਿੰਦਗੀ ਉਹਨਾਂ ਨੂੰ ਮਾੜਾ ਹੀ ਲੱਗਦਾ। ਨਹੀਂ ਐਂ ਹੁੰਦਾ, ਜਦੋਂ ਕੋਈ ਘਰ ਵਾਸਤੇ ਆਪਦੇ ਘਰ ਵਾਸਤੇ ਚੰਗਾ ਸੋਚਦਾ ਨਾ, ਘਰ ਵਿੱਚ ਇਹੋ ਜਿਹੇ ਮੈਂਬਰ ਹੁੰਦੇ ਨੇ ਉਸੇ ਨੂੰ ਮਾੜਾ ਸਮਝਦੇ ਨੇ। ਆ ਜਿਵੇਂ ਮੇਰੀ ਸੱਸ ਵੀ ਦੇਖ ਕਦੇ ਕਦੇ ਲੱਗੇ ਜਾਂਦੀ ਹੈ, ਮੈਂ ਤਾਂ ਉਹਦੀ ਸੁਰਤ ਟਿਕਾਣੇ ਲਿਆ ਦਿੰਦੀ ਹਾਂ। ਆਈ ਸੀ ਅੱਜ ਅੰਬੋ ਇੱਥੇ ਬੈਠੀ, ਮੇਰੀ ਮਾਂ ਨਾਲ ਚੁਗਲੀਆਂ ਕਰਦੀ ਸੀ ਮੇਰੀਆਂ। ਨਹੀਂ ਸੁਣਾਇਆ ਮੈਂ ਵੀ ਫਿਰ। ਓਹ ਚੁਗਲੀਆਂ ਨਹੀਂ ਕਰਦੀ ਹੋਣੀ ਉਹ, ਮੈਂ ਕਹਿ ਕੀ ਤੋਰਿਆ ਸੀ ਉਹਨੂੰ, ਮੈਂ ਕਿਹਾ ਉੱਥੇ ਜਾ ਕੇ ਜ਼ਿਆਦਾ ਸਿਆਣੀ ਜੀ ਨਾ ਬਣ ਜੀ, ਮੈਂ ਕਿਹਾ ਐਂ ਸੋਚਣਗੇ ਵੀ ਹਾਂ ਹਾਂ ਇਹਨਾਂ ਦਾ ਹੱਥ ਵੀ ਵਿੱਚੇ ਹੋਣਾ, ਮੈਂ ਕਿਹਾ ਮਾੜੀ ਮੋਟੀ ਉਹਨਾਂ ਦੀ ਸਹਾਇਤਾ ਕਰਦੀ, ਉਹਨੇ ਤਾਂ ਕਰੀ ਤੀ, ਤੂੰ ਉਈ ਨਾ ਗੱਲ ਦਿਲ 'ਤੇ ਲਾ ਜੀ। ਨਾ ਨਾ ਮੈਂ ਅੰਬੋ ਦੀ ਗੱਲ ਨਹੀਂ ਦਿਲ 'ਤੇ ਲਾਉਂਦੀ ਹੈਗੀ, ਮੈਨੂੰ ਤਾਂ ਮੇਰੀ ਮਾਂ 'ਤੇ ਖਿੱਝ ਚੜੀ ਵੀ ਜਣੇ ਖਣੇ ਨੂੰ ਜਾ ਕੇ ਤੂੰ ਆਪਦੇ ਘਰ ਦੀਆਂ ਗੱਲਾਂ ਦੱਸਣ ਲੱਗ ਜਾਂਦੀ ਹੈ, ਇਹ ਕੋਈ ਗੱਲ ਹੁੰਦੀ ਹੈ? ਮੈਂ ਵੀ ਇਸ ਘਰ ਦੀ ਨੂੰਹ ਹਾਂ, ਅਗਲਾ ਤਾਂ ਨੌਂਤੀ ਦਾ ਪਰਦਾ ਰੱਖਦੇ ਆ, ਸਾਡੇ ਵਾਲੀ ਜਾ ਕੇ ਲੋਕਾਂ ਨੂੰ ਦੱਸਦੀ ਫਿਰਦੀ ਹੈ ਵੀ ਸਾਡੇ ਵਾਲੀ ਨੇ ਇਹ ਕੀਤਾ, ਨਾਲੇ ਮੇਰੀ ਕੋਈ ਗਲਤੀ ਨਹੀਂ। ਨਹੀਂ ਚੱਲ ਕੋਈ ਨਾ, ਬਜਾ ਲੈਂਦੇ ਜਿਹੜੇ ਢੋਲ ਵਜਾਉਂਦੇ ਨੇ। ਆਹ ਮੇਰੀ ਸੱਸ ਨੇ ਪਹਿਲਾਂ ਬਥੇਰਾ ਸਾਰੇ ਪਿੰਡ 'ਚ ਢੋਲ ਵਜਾਇਆ ਸੀ, ਕੀ ਨਿਕਲਿਆ? ਕੁਛ ਨਹੀਂ ਨਿਕਲਿਆ, ਹੱਥ ਪੱਲੇ ਉਹੀ ਖਾਲੀ ਦੇ ਖਾਲੀ। ਇਹਨਾਂ ਦਾ ਵੀ ਇਹੀ ਹਾਲ ਹੋਣਾ, ਦੇਖੀ ਚੱਲ ਚਾਚੀ ਤੂੰ, ਥੋੜ੍ਹਾ ਟਾਈਮ ਹੀ ਹੈ, ਨਾਲੇ ਇਹਨਾਂ ਨੂੰ ਆਪ ਪਤਾ ਚੱਲੂ ਮੈਂ ਜੋ ਵੀ ਕੀਤਾ ਨਾ ਸਹੀ ਕੀਤਾ। ਚੱਲ ਕੋਈ ਨਾ, ਗਰਜ ਨਾਲੇ ਬੱਦਲ ਨਾ ਵਰਸਿਆ ਨਹੀਂ ਕਰਦੇ, ਇਹਨਾਂ ਨੂੰ ਗਰਜ ਲੈਣ ਦੇ ਜਿੰਨਾ ਗਰਜਦੇ ਨੇ। ਚੱਲ ਮੈਂ ਚੱਲਦੀ ਹਾਂ ਹੁਣ, ਕਿਤੇ ਆ ਵੀ ਨਾ ਜਾਵੇ। ਨਹੀਂ ਆਉਂਦੀ, ਜੇ ਆ ਗਈ ਤਾਂ ਕਿੱਡੀ ਕੁ ਗੱਲ ਹੈ ਚਾਚੀ, ਤੂੰ ਬੈਠ ਮੈਂ ਚਾਹ ਚੂਹ ਬਣਾ ਕੇ ਲਿਆਉਣੀ ਆ। ਪਤਾ ਫਿਰ ਐਂ ਕਹੂਗੀ ਵੀ ਸੂਹਾਂ ਲੈਣ ਦੀਆਂ ਮਾਰੀਆਂ ਆਉਂਦੀਆਂ ਨੇ ਸੱਸ ਨੂੰ ਆ, ਤੈਨੂੰ ਪਤਾ ਇਹਨਾਂ ਦੇ ਮਨ 'ਚ ਸਾਡੇ ਪ੍ਰਤੀ ਕਿੰਨੀ ਖਾਰ ਹੈਗੀ। ਦੇਖ ਚਾਚੀ, ਹੁਣ ਇਹ ਮੇਰਾ ਘਰ ਹੈ, ਤੈਨੂੰ ਕਿਸੇ ਤੋਂ ਡਰਨ ਡੁਰਨ ਦੀ ਲੋੜ ਹੈ ਨਹੀਂ ਗੀ, ਤੂੰ ਮੇਰੇ ਕੋਲ ਜਦ ਮਰਜ਼ੀ ਆ। ਚੱਲ ਮੈਂ ਫਿਰ ਟਾਈਮ ਜਾ ਕੱਢ ਕੇ ਫਿਰ ਆਉਂਗੀ, ਚੰਗਾ? ਚੱਲ ਉਹ ਤਾਂ ਤੇਰੀ ਮਰਜ਼ੀ ਆ। ਠੀਕ ਹੈ, ਮੈਨੂੰ ਤਾਂ ਅੱਜ ਵੀ ਲੱਗ ਰਹੀ ਸੀ ਮਹਾ ਮੈਂ ਕਦੋਂ ਜਾਵਾਂ ਤੇ ਗੱਲਾਂ ਕਰਕੇ ਆਵਾਂ। ਕੋਈ ਨਹੀਂ, ਆ ਜਾਏ ਅਗਰ ਮੇਰਾ ਵੀ ਜੀ ਲੱਗ ਜਾਂਦਾ। ਤੇ ਤੂੰ ਵੀ ਆ ਜਾਇਆ ਕਰ, ਹੁਣ ਕਿਹੜਾ ਤੇਰੇ ਕਿਸੇ ਦੇ ਜੂੜ ਲਾਇਆਗਾ। ਹੁਣ ਏਡਾ ਘਰ ਹੈ ਦੇਖੋ, ਮੇਰੇ ਹੱਥ 'ਚ ਹੀ ਹੈਗਾ ਸਾਰੀ ਕਬੀਲਦਾਰੀ, ਮੈਂ ਸਾਂਭਣੀ ਆ, ਹੁਣ ਮੈਨੂੰ ਸਿਆਣਾ ਹੋਣਾ ਪਊਗਾ ਨਾ ਘਰ ਵਾਸਤੇ। ਸਹੀ ਗੱਲ ਹੈ, ਨਵੀਂ ਨਵੀਂ ਕਬੀਲਦਾਰੀ ਸਾਂਭੀ ਹੈ ਨਾ, ਤਾਂ ਸਿਆਣਾ ਤਾਂ ਹੋਣੀ ਪਊਗਾ। ਦੇਖੀ ਚੱਲ ਚਾਚੀ, ਹੁਣ ਤਾਂ ਕਬੀਲਦਾਰੀ ਮੇਰੇ ਹੱਥ ਹੀ ਹੈ। ਚੱਲ ਠੀਕ ਹੈ, ਚੰਗਾ ਮੈਂ ਚੱਲਦੀ। ਹਾਂ ਚੰਗਾ, ਫੜੀਆਂ ਗੱਲਾਂ ਮਾਰਦੀ। ਹਰਜੀਤ ਪੁੱਤ। ਹਾਂ ਮਾਂ। ਮੈਂ ਤੈਨੂੰ ਐ ਪੁੱਛਦੀ ਸੀ, ਜਾ ਆ ਕੰਪੈਨ ਵਾਲਿਆਂ ਕੰਨੀ? ਕੰਪੈਨ ਵਾਲੇ ਕੋਲ ਜਾ ਕੇ ਆਇਆ ਸੀਗਾ। ਕੀ ਕਹਿੰਦੇ? ਕਹਿੰਦੇ ਸੀ, ਕਹਿੰਦੇ 2 ਕੁ ਵਜੇ ਤੱਕ ਨਿਪੜ ਜੂਗਾ, ਫੇਰ ਆਵਾਂਗੇ ਤੁਹਾਡੇ। ਅੱਛਾ, ਅੱਜ? ਹਾਂ ਅੱਜ। ਤੇ ਰੋਟੀ ਦਾ ਕਿਹਾ ਸੀ ਮੈਂ। ਹਾਂ ਤੇ ਰੋਟੀ ਕਹਿੰਦੇ ਦੁਪਹਿਰ ਦੀ ਦਾ ਖਾ ਲਾਂਗੇ, ਪਿਛਲੇ ਪਹਿਰ ਦੀ ਹੋਊਗੀ। ਚੱਲ ਕੋਈ ਨਾ, ਫਿਰ ਦੱਸ ਦੀ ਮੈਨੂੰ ਕਿੰਨੇ ਬੰਦੇ ਨੇ, ਰੋਟੀ ਪਾਣੀ ਤਾਂ ਚੱਲ ਬਣਾ ਲਾਂਗੇ, ਪਤਾ ਮਸਾ ਤਾਂ ਦੇਣਾ ਆਇਆ। ਹੋਰ 3 ਜਣੇ ਤਾਂ ਕਿਰਪੈਨ ਵਾਲੇ ਹੋਣਗੇ, ਤੇ ਬਾਕੀ ਆਪਾਂ ਦੇਖਦੇ ਹਾਂ ਕਿੰਨੇ ਕੁ ਜਣੇ ਹੋ ਜਾਂਗੇ, 3-4 ਜਣੇ ਆਪਾਂ ਹੋ ਜਾਂਗੇ, ਬਸ 6-7 ਜਣੇ ਦੀ ਹੋ ਜੂ ਰੋਟੀ। ਚੱਲ ਕੋਈ ਨਾ, ਉਹ ਤਾਂ ਮੈਂ ਬਣਾ ਲੂੰਗੀ, ਚਿੰਤਾ ਨਾ ਕਰ। ਤੇ ਮੈਂ ਤੈਨੂੰ ਐਂ ਕਹਿੰਦੀ ਸੀ, ਇੱਕ ਤਾਂ ਟਰੈਕਟਰ ਪੁੱਛਿਆ ਹੀ ਫਿਰ, ਇੱਕ ਤਾਂ ਆਪਣੇ ਵਾਲਾ ਹੋ ਜੂਗਾ, ਤੇ ਇੱਕ ਤੇਰੇ ਚਾਚੇ ਕਾ ਪੁੱਛਿਆ ਹੀ ਕਰਮੇ ਕਾ। ਚਾਚੇ ਕੀ ਪੁੱਛਣਾ ਭੂ, ਹੋਰ ਤਾਂ ਫਿਰ ਕਿਹਦਾ ਪੁੱਛਾਂਗੇ, ਅੱਗੇ ਤਾਂ ਫੁੱਫੜ ਹੁੰਦਾ ਸੀ, ਚੱਲ ਆਪੇ ਕਰ ਲੈਂਦਾ ਸੀ, ਪਤਾ ਵੀ ਨਹੀਂ ਲੱਗਦਾ ਸੀ ਕਣਕ ਕਿਹੜੇ ਵੇਲੇ ਵੱਢੀ ਗਈ ਕਿਹੜੇ ਵੇਲੇ ਨਹੀਂ। ਹੁਣ ਐਂ, ਹੁਣ ਲੋਕਾਂ ਦੇ ਥੋੜ੍ਹੀ ਜਾਵਾਂ ਟਰੈਕਟਰ ਪੁੱਛਣਾ। ਸਹੀ ਗੱਲ ਹੈ ਪੁੱਤ, ਉਹਨਾਂ ਹੁੰਦੇ ਤਾਂ ਮੈਨੂੰ ਵੀ ਕਿਸੇ ਗੱਲ ਦੀ ਚਿੰਤਾ ਨਹੀਂ ਸੀਗੀ, ਜੋ ਮਰਜ਼ੀ ਕਰਦੇ ਸੀ, ਅੱਗ ਲਾਉਣੀ, ਹੁਣ ਤਾਂ ਮਾੜੀ ਮਾੜੀ ਗੱਲ ਦੀ ਚਿੰਤਾ ਹੋਈ ਪਈ ਹੈ ਵੀ ਕਿਵੇਂ ਕਰਾਂਗੇ, ਕੀ ਗੱਲ ਕਰਾਂਗੇ। ਹੋਰ ਮੈਂ ਤੈਨੂੰ ਹਾਂ ਹੀ ਕਹਿੰਦਾ ਸੀ, ਮੈਂ ਕਿਹਾ ਤੂੰ ਬਾਗ ਨਹੀਂ ਜਾ ਤਾਂ ਪਤਾ ਕਰੇ ਟਰੈਕਟਰ ਦਾ, ਕਿਤੇ ਉਹ ਨਾ ਕਣਕ ਕੁਣਕ ਵਢਾਉਂਦੇ ਹੁਣ ਜਾਂ ਕਿਸੇ ਨਾਲ ਵਿਹੜੀ ਕਰੀ ਬੈਠੇ ਹੁਣ। ਕੋਈ ਨਾ, ਤੂੰ ਜਾ ਆਈ, ਮੈਂ ਘਰੇ ਕੰਮ ਕਰ ਲਾਂ, ਤੇਰਾ ਚਾਚਾ ਹੋਊ ਘਰੇ ਤੇ ਨਾ ਜਾਣ ਤਾਂ ਤੇਰਾ ਬਾਬਾ ਹੋਊਗਾ, ਕੋਈ ਨਹੀਂ ਦੱਸ ਦੇਣਗੇ, ਜੇ ਤਾਂ ਟਰੈਕਟਰ ਫ੍ਰੀ ਹੋਇਆ ਦੇ ਦੇਣਗੇ, ਨਹੀਂ ਜੱਗੀ ਕਾ ਪੁੱਛ ਲਈ। ਨਾ ਕੋਈ ਨਾ, ਤਾਂ ਫਿਰ ਚਾਚੀ ਕਰ ਮੈਂ ਬੜਾ ਦੂ ਆਪਣੇ ਨਾਲ, ਕੋਈ ਗੱਲ ਨਹੀਂ ਆਪਾਂ ਲਵਾ ਦਾਂਗੇ ਫਿਰ ਇੱਕ ਗੇੜਾ। ਹਾਂ ਹੋਰ ਕੀ ਹੈ ਫਿਰ, ਆਪਾਂ ਕਿਹੜਾ ਜਵਾਬ ਦਿੰਦੇ ਆਂਗੇ। ਤੇ ਮੈਂ ਤੈਨੂੰ ਐਂ ਕਹਿੰਦਾ ਸੀ, ਮੈਂ ਕੰਮ ਕਾਮਲ ਨੂੰ ਨਾਲ ਲਾ ਲੈਂਦੇ, ਠਾ ਲੈਂਦੀ ਉਹਨੂੰ। ਪੁੱਤ ਕਿਉਂ ਉਹਨੂੰ ਕਹਿੰਦਾ ਹੁੰਦਾ ਹੈਗਾ, ਮੇਰੇ ਤੋਂ ਤਾਂ ਉਹਦੇ ਨਾਲ ਮੱਥਾ ਮਾਰਿਆ ਨਹੀਂ ਜਾਂਦਾ ਹੈਗਾ, ਮਾਸਾਂ ਤਾਂ ਅੱਜ ਚੱਜ ਦਾ ਦੇਣਾ ਹੈਗਾ, ਕੋਈ 4 ਮਣ ਦਾਣੇ ਘਰੇ ਆਉਣਗੇ, ਉਹਨੂੰ ਬੁਲਾ ਕੇ ਫਿਰ ਕਲੇਸ਼ ਮੱਥੇ ਲਾਉਣਾ ਹੈਗਾ,
ਮੈਂ ਨਹੀਂ ਬੁਲਾਉਂਦੀ ਪੁੱਤ ਉਹਨੂੰ, ਮੈਂ ਤਾਂ ਆਪੇ ਔਖੀ ਸੌਖੀ ਆਪੇ ਕੰਮ ਕਰ ਲੂੰਗੀ। ਚੱਲ ਤੇਰੀ ਮਰਜ਼ੀ ਆ ਮਾਂ, ਮੈਂ ਤਾਂ ਕੁਛ ਨਹੀਂ ਕਹਿੰਦਾ ਆਪਾਂ ਤਾਂ। ਮੈਂ ਤੈਨੂੰ ਐਂ ਪਤਾ ਸੀ ਮਹਾਂ, ਮੈਂ ਤਾਂ ਹੁਣ ਕਣਕ ਦਾ ਵੀ ਨਹੀਂ ਪਤਾ ਵੀ ਆੜਤੀ ਦੇ ਛੁੱਟੀ ਹੈ ਕਿ ਘਰੇ ਲਿਆ ਮੈਂ। ਹੋਰ ਜਾਂ ਕਰੀ ਮੇਰੀ ਗੱਲ ਸੁਣ, ਤੂੰ ਹੱਥ ਨਹੀਂ ਦੇ ਨਾ ਭੂਆ ਨੂੰ ਜਾਂ ਫੁੱਫੜ ਨੂੰ ਗੱਲ ਕਰ ਲਈ, ਉਹ ਤਾਂ ਫੁੱਫੜ ਨੂੰ ਦੱਸਿਆ ਸੀਗਾ ਵੀ ਕਣਕ ਪੜਾਵਾਂਗੇ, ਅਤੇ ਮੈਂ ਐਂ ਪੁੱਛਣ ਭੁੱਲ ਗਿਆ ਵੀ ਫੁੱਫੜਾ ਵੀ ਕਣਕ ਆੜਤੀ ਦੇ ਛੁੱਟੀ ਘਰੇ ਰੱਖੀਏ ਪਹਿਲਾਂ। ਤੇਰੀ ਹੋਈ ਸੀ ਗੱਲ? ਹਾਂ ਗੱਲ ਹੋਈ ਸੀਗੀ। ਤਾਂ ਮੇਰੀ ਵੀ ਗੱਲ ਕਰਾ ਦਿੰਦਾ ਤੇਰੀ ਭੂਆ ਨਾਲ। ਬਸ ਮੈਂ ਟਾਈਮ ਹੀ ਲੱਗਿਆ, ਫੁੱਫੜ ਬਾਹਰ ਫਿਰਦਾ ਸੀਗਾ, ਅਤੇ ਚੱਲ ਮੈਂ ਅੱਜ ਹੱਥ ਨੇ ਕਰਾ ਦੂੰ ਕੋਈ ਨਾ ਜਾ ਕੇ, ਜਦੋਂ ਕਣਕ ਕੁਣਕ ਵੱਢਣ ਜਾਵਾਂਗੇ ਨਾ ਉਹ ਨਾਲੇ ਦੱਸ ਦਾਂਗੇ ਫੋਨ ਲਾ ਕੇ, ਨਾਲੇ ਗੱਲ ਕਰਾ ਦੂੰ, ਨਾਲੇ ਪਤਾ ਲੈ ਲਾਂਗੇ ਵੀ ਕਣਕ ਆੜਤੀ ਸਿੱਟਦੀ ਸਾਰੀ, ਉਨੀ ਕੁ ਰੱਖ ਲਾਂਗੇ ਜਿੰਨੀ ਕੁ ਆਪਾਂ ਨੂੰ ਘਰੇ ਲੋੜ ਆ ਗਈ। ਆਹੋ ਮੈਂ ਵੀ ਇਹੀ ਕਹਿੰਦੀ ਸੀ ਅਰਜੀਤ, ਉਹੀ ਗੱਲ ਕਰੀ ਜਾਂਦੀ ਹਾਂ ਵੀ ਅੱਗੇ ਉਹਨਾਂ ਹੁੰਦੇ ਤਾਂ ਕਾਸੇ ਦੀ ਚਿੰਤਾ ਨਹੀਂ ਸੀ, ਹੁਣ ਤੂੰ ਦੇਖ ਲੈ ਭਾਈ ਕਿੰਨੀ ਕਣਕ ਘਰੇ ਰੱਖਣੀ ਹੈ, ਕਿੰਨੀ ਸਿੱਟਣੀ ਹੈ, ਮੀਂਹ ਕਣੀ ਦਾ ਟਾਈਮ ਹੈ। ਮੈਂ ਤਾਂ ਤੈਨੂੰ ਐਂ ਕਹਿੰਦੀ ਹੈਗੀ ਵੀ ਇੱਕ ਅੱਧੀ ਟਰਾਲੀ ਜਿਹੜੀ ਆਪਣੀ ਵਰਤਣ ਵਾਲੀ ਹੈ ਉਹ ਢੋਲਾਂ 'ਚ ਪਾ ਲਾਂਗੇ, ਬਾਕੀ ਉੱਥੇ ਸਿੱਟੇ ਮੰਡੀ ਭਰੇ। ਚੱਲ ਕੋਈ ਨਾ, ਤਾਂ ਬਾਕੀ ਫੁੱਫੜ ਨਾਲ ਗੱਲ ਕਰ ਲੂੰ। ਬਸ ਚੱਲ ਕੋਈ ਨਾ, ਫਿਰ ਉਹਨੂੰ ਬੁਲਾਈ ਨਾ, ਪਰ ਐਵੇਂ ਕਲੇਸ਼ ਪਾਈ ਜਾਊਗੀ ਫਿਰ, ਮੈਂ ਮਨ ਖਰਾਬ ਹੋ ਜਾਂਦਾ ਗਾ ਨਾ, ਫਿਰ ਮੁੜ ਕੇ ਖੇਤ ਜੀ ਲੱਗਦਾ ਮੇਰਾ ਤਾਂ। ਮੈਂ ਤਾਂ ਭਾਈ ਬੁਲਾਉਂਦੀ ਨਹੀਂ ਹੈਗੀ, ਪਈ ਹੈ ਪਈ ਰਹਿਣ ਦੇ ਅੰਦਰ। ਹੋਰ ਸੁੱਖ ਦਾ ਦਿਨ ਮਸਾਂ ਆਇਆ ਗਾ, ਤੂੰ ਕਲੇਸ਼ ਨਾ ਪਾ ਜਾਂ ਵਗ ਜਾ, ਅਤੇ ਚਾਚੇ ਕੋ ਪੁੱਛਿਆ ਟਰੈਕਟਰ ਜੇ ਮਿਲਦਾ ਤਾਂ ਠੀਕ ਹੈ, ਨਹੀਂ ਆਪਦੀ ਤਿਆਰੀ ਕਰ ਲੈ, ਆਪਣਾ ਟਰੈਕਟਰ ਟੁੱਟਰ ਦੇਖ ਲੈ ਮਾੜਾ ਜਿਹਾ। ਕੋਈ ਨਾ, ਬਿੱਡ 'ਤੇ ਮਾੜੀ ਮੋਟੀ ਪੱਲੀਆਂ ਪੁੱਲੀਆਂ ਜਿਹੀਆਂ ਪਾ ਦੂੰਗਾ, ਕਈ ਵਾਰ ਕਣਕ ਐਵੇਂ ਖਿੱਲਰ ਦੀ ਤੁਰੀ ਆਉਂਦੀ ਹੈਗੀ। ਅਤੇ ਮੈਂ ਤੈਨੂੰ ਐਂ ਕਹਿੰਦੀ ਸੀ ਰੋਟੀ ਰਾਟੀ ਤੈਨੂੰ ਲਾ ਕੇ ਦੇਵਾਂ ਦੋ। ਮੈਂ ਤਾਂ ਭੁੱਖ ਨਹੀਂ ਮਾਂ, ਪਤਾ ਨਹੀਂ ਕੀ ਹੋ ਰਿਹਾ ਹੈਗਾ, ਜੀ ਜੀ ਨਹੀਂ ਕਰਦਾ ਰੋਟੀ ਖਾਣ ਨੂੰ। ਸਾਰਾ ਦਿਨ ਚਾਹ ਹੀ ਪੀ ਜਾਂਦਾ, ਦੋ ਰੋਟੀਆਂ ਵੀ ਖਾ ਲਿਆ ਕਰ, ਤੈਨੂੰ ਪਤਾ ਫਿਰ ਗਰਮੀ ਦਾ ਟਾਈਮ ਹੈ। ਗਰਮੀ ਦਾ ਟਾਈਮ ਤਾਂ ਹੈਗਾ ਮਾਂ, ਹੁਣ ਤੈਨੂੰ ਕਿਹੜਾ ਪਤਾ ਨਹੀਂ ਗਾ ਵੀ ਕਿਉਂ ਨਹੀਂ ਜੀ ਕਰਦਾ, ਕਿਤੇ ਮਨ ਨਹੀਂ ਲੱਗਦਾ। ਚੱਲ ਫਿਰ ਹੁਣ ਕੀ ਕਰੀਏ ਪੁੱਤ, ਮਨ ਤਾਂ ਲਾਉਣਾ ਹੀ ਪਊਗਾ, ਦੇਖ ਨਾ ਕੰਮ ਦਾ ਟਾਈਮ ਹੈ, ਐਂ ਬੁੱਸ ਬੁੱਸ ਕਰਕੇ ਕੁਛ ਨਹੀਂ ਹੁੰਦਾ। ਜਾ ਮੇਰਾ ਪੁੱਤ ਭਰ ਲੈ ਘੁੱਟ ਚਾਹ ਦੀ, ਅਤੇ ਜਾ ਜਾ ਕੇ ਆ ਫਿਰ ਤੇਰੇ ਚਾਚੇ ਕੰਨੀ। ਚੱਲ ਕੋਈ ਨਾ, ਜਾਂਦਾ ਮੈਂ ਫਿਰ। ਹਾਏ ਹਾਏ ਕੀ ਕਰਿਆ ਈ ਕੁੜੇ? ਕੁਛ ਨਹੀਂ ਮਾਂ, ਮੈਂ ਇਸ ਨੂੰ ਅੰਦਰ ਜਾ ਬੰਨ ਕੇ ਆਈ ਸੀਗੀ, ਧੁੱਪ ਆ ਰਹੀ ਤੀ ਉਹਨੂੰ। ਹੋਰ ਧੁੱਪ ਹੋਈ ਵਾਲੀ ਰਹੀ ਹੈ, ਇੱਕ ਅੱਗ ਲਾਉਣੇ ਨਿੰਮ ਨਹੀਂ ਫੁੱਟੇ ਐਤਕੀ, ਐਤਕੀ ਤਾਂ ਪਸ਼ੂ ਸਾਰਾ ਕਰਸਾ ਨਾ ਧੁੱਪੇ ਹੀ ਮਰਨਗੇ। ਹਾਏ ਨਹੀਂ, ਮੈਂ ਪਾਣੀ ਪੀਣਾ ਦੇ, ਘੁੱਟ ਪਾਣੀ ਲਿਆ। ਆਈ ਨਹੀਂ ਆਇਆ ਲੈ, ਇੱਥੇ ਕੋਲੇ ਪਿਆ ਤੌੜਾ, ਨਾਲੇ ਪਾਣੀ ਦੀ ਘੁੱਟ ਨਹੀਂ ਪੀਤੀ ਗਈ ਮੈਂ ਇੱਥੋਂ ਵੀ। ਚੱਲ ਕੋਈ ਨਾ, ਫਿਰ ਕੀ ਹੋ ਗਿਆ ਜੇ ਮੈਂ ਪਾਣੀ ਦਾ ਗਲਾਸ ਭਰ ਕੇ ਫੜਾਤਾ ਤੈਨੂੰ। ਮਾਂ ਮੈਂ ਤਾਂ ਤੈਨੂੰ ਐਂ ਕਹਿੰਦੀ ਤੀ, ਮੈਂ ਕਿਹਾ ਹੁਣ ਇੱਥੇ ਨਾ ਬੈਠੀ ਰਿਹਾ ਕਰ ਘਰੇ ਸਾਰਾ ਦਿਨ। ਹਾਂ ਹੋਰ ਕਿੱਧਰ ਜਾਵਾਂ? ਕਿੱਧਰ ਜਾਣ ਨੂੰ ਮੈਂ ਤੈਨੂੰ ਆਏ ਨਹੀਂ ਕਹਿੰਦੀ ਵੀ ਤੂੰ ਘਰ ਛੱਡ ਕੇ ਵਗ ਜਾ। ਹਾਂ ਹੁਣ ਮੌਕਾ ਹੈ ਆ ਦੂਜਿਆਂ ਦੇ ਘਰੇ ਜਾਣ ਦਾ। ਹਾਂ ਸਿੱਧੀ ਗੱਲ ਦੱਸਗਾ, ਹੋਰ ਹੀ ਗੋਲ ਮਤੋਲੀਆਂ ਗੱਲਾਂ ਕਰੀ ਜਾਂਦੀ ਹੈ, ਤੂੰ ਐਂ ਦੱਸ ਵੀ ਉੱਧਰ ਲਿਆਉਂਦੇ ਵਗ ਜਾ। ਆਪਦੇ ਆਪ ਤਾਂ ਤੈਨੂੰ ਫਿਰ ਉੜਦੀ ਨਹੀਂ ਹੈਗੀ, ਫਿਰ ਮੈਨੂੰ ਕਹਿੰਦੀ ਤੂੰ ਬੋਲਦੀ ਜ਼ਿਆਦਿਆਂ, ਹੁਣ ਉਹਨਾਂ 'ਚ ਦਰਾਰ ਪਈ ਹੋਈ ਹੈ। ਨਹੀਂ ਉੜਦੀ ਕਿਉਂ ਨਹੀਂ, ਮੈਂ ਇੱਥੇ ਰਾਖੀ ਬੈਠੀ ਰਹਿੰਦੇ ਹਾਂ ਕਿ ਉਹੀ ਗੱਲ ਕੌਲੇ ਦੇ ਕੁੱਤੇ ਵਾਂਗੂ ਐਂ ਰਹਿੰਦਾ, ਕੋਈ ਬਾਹਰੋਂ ਅੰਦਰੋਂ ਕੋਈ ਸਿਆਣਾ ਨਿਆਣਾ ਕੋਈ ਸੌ ਆਉਂਦਾ, ਸੋਨੂੰ ਕੀ ਪਤਾ ਹੈਗਾ, ਤਾਂ ਬੈਠੀ ਰਹਿੰਦੀ ਹਾਂ, ਤੂੰ ਉੱਧਰ ਸੀਗੀ। ਤੂੰ ਆਪਣੇ ਘਰ ਦੀ ਸੋਚ ਨਾ ਕਰਿਆ ਕਰ, ਆਪਣਾ ਘਰ ਸਾਂਭਣ ਵਾਸਤੇ ਮੈਂ ਹੈਗੀ ਹਾਂ। ਚੱਲ ਚੰਗਾ ਫਿਰ, ਤੂੰ ਉੱਧਰ ਗੇੜਾ ਰੱਖਿਆ ਕਰ, ਮਸਾਂ ਤਾਂ ਦਰਾਰ ਪਈ ਹੈ, ਉਹ ਦਰਾਰ ਨੂੰ ਹੁਣ ਪ੍ਰਿਆੜ ਕਰਨ ਦਾ ਮੌਕਾ ਹੈ। ਨਹੀਂ ਪ੍ਰਿਆੜ ਕਰਨ ਦਾ ਮੌਕਾ ਤਾਂ ਹੈਗਾ ਹੈ, ਮੈਂ ਐਂ ਕਹਿੰਦੀ ਹਾਂ ਜੇ ਇੱਕ ਲਗਤ ਬਾਹਲਾ ਜਾਣ ਲੱਗ ਗਏ ਫਿਰ ਵੀ ਅਗਲੇ ਨੂੰ ਸ਼ੱਕ ਹੋ ਜਾਂਦਾ, ਅਤੇ ਜਾਊਂਗੀ ਜ਼ਰੂਰ ਕੋਈ ਨਾ, ਮੈਂ ਦਿਨ ਚੜ ਲੈਣ ਦੇ। ਕਿਤੇ ਨਹੀਂ ਸ਼ੱਕ ਹੁੰਦਾ, ਮੈਂ ਤਾਂ ਉਦੋਂ ਬਾਪੂ ਬੈਠਾ ਸੀ, ਤੈਨੂੰ ਤਾਂ ਨਹੀਂ ਦੱਸਿਆ ਮੈਂ ਵੀ ਗਈ ਤੀ ਉਹਨਾਂ ਦੇ ਕੱਲ੍ਹ। ਹਾਂ ਤੂੰ ਗਈ ਸੀ ਕੁੜੇ? ਹਾਂ, ਉਹ ਤਾਂ ਬਹੂ ਜੀ ਬਾਹਲਾ ਬੋਲਦੀ ਹੈ, ਤਾਂ ਮਾਸਟਰ ਮਾਇੰਡ ਹੈ ਪੂਰੀ। ਅੱਛਾ ਪੱਕੀ ਖਿਡਾਰੀ ਉਹ ਪੱਕੀ, ਆਪਾਂ ਤਾਂ ਹੁਣ ਤੱਕ ਕੱਚੀ ਗੋਲੀਆਂ ਖੇਡੀਆਂ ਨੇ, ਉਹਨੇ ਮਾਂ ਦੀ ਧੀ ਨੇ ਐਨ ਪੱਕੇ ਨਿਸ਼ਾਨੇ ਲਾਏ ਹੋਏ ਨੇ। ਠੀਕ ਹੈ, ਨਹੀਂ ਹੈ ਤਾਂ ਉਹ ਇਸੇ ਹਿਸਾਬ ਦੀ ਦੇਖਤਾ ਮੈਂ ਉਹ ਲਈ ਸੀ, ਪਰ ਇੱਥੇ ਪੜਥਈਆ ਕਰੀ ਬੈਠੀਆਂ ਸੀ ਆਨੰਦਪੁਰ ਜਾਈ, ਇਹ ਗੱਲ ਬਾਹਰ ਨਹੀਂ ਕੱਢਦੀਆਂ ਸੀ, ਭਾਫ ਨਹੀਂ ਨਿਕਲਣ ਦਿੰਦੀਆਂ ਸੀ।
ਇਹ ਨਹੀਂ ਕੱਢਦੀਆਂ ਭਾਫ ਨਾ ਕੱਢਣ, ਉਹ ਤਾਂ ਪੂਰਾ ਰੌਲਾ ਪਾਉਣ ਵਾਲੀ ਹੈ, ਉਹ ਤਾਂ ਐਂ ਕਰੇ ਮੇਰੇ ਨਾਲ ਹੁਬ ਹੁਬ ਕੇ ਗੱਲਾਂ। ਅੱਛਾ, ਮੈਂ ਤਾਂ ਫਿਰ ਜ਼ਿਆਦਾ ਤਾਂ ਮੈਂ ਬੋਲੀ ਨਹੀਂ ਹੈਗੀ, ਮਹਾਂ ਚੱਲ ਆਪਾਂ ਨੂੰ ਕੀ ਲੋੜ ਹੈ, ਕੁਛ ਮੈਨੂੰ ਐਂ ਡਰਤੀ ਮਹਾਂ ਕਈ ਵਾਰੀ ਕੋਈ ਆ ਨਾ ਜਾਵੇ, ਊਂ ਤਾਂ ਹੈ ਨਹੀਂ ਤੀ, ਭੈਣ ਤਾਂ ਘਰੇ ਗਈ ਹੋਈ ਤੀ, ਪਤਾ ਨਹੀਂ ਕਿੱਥੇ ਭੋਗ ਭਾਗ 'ਤੇ ਗਈ ਤੀ ਕਿ ਕਿਤੇ ਗਈ ਤੀ। ਅੱਛਾ, ਅਤੇ ਫਿਰ ਮੈਂ ਗੱਲਾਂ ਤਾਂ ਥੋੜ੍ਹੀਆਂ ਕਰੀਆਂ, ਪਰ ਉਹਨੇ ਬਹੁਤ ਵਧੀਆ ਗੱਲਾਂ ਕਰੀਆਂ ਮੇਰੇ ਨਾਲ, ਹੁਣ ਤਾਂ ਉਹ ਮੈਨੂੰ ਤਾਂ ਐਂ ਲੱਗਦਾ ਵੀ ਹੁਣ ਗੇੜਾ ਦੇਊਗੀ ਭੈਣ 'ਤੇ। ਹਾਂ, ਨਹੀਂ ਫਿਰ ਐਂ ਕਰਿਆ ਕਰ, ਬਹੂ ਕੋਲੇ ਤਾਂ ਗੇੜਾ ਰੱਖ ਤੂੰ, ਬੇਅੰਤ ਕੋਲੇ ਗੇੜਾ ਰੱਖੂ ਮੈਂ, ਚੰਗਾ ਬਾਰੀ ਵੱਟੇ ਬਸ ਵਾਲੇ ਨਹੀਂ, ਦੋ ਗੇੜੇ ਤਾਂ ਲਾਉਣੇ ਲਾਉਣੇ ਨੇ ਦਿਨ 'ਚ, ਅਤੇ ਬਸ ਇੰਨੇ ਨਾਲ ਫਿਰ ਫਰਕ ਮਾੜਾ ਮੋਟਾ ਪਈ ਜਾਊ, ਅਤੇ ਨਾਲੇ ਆ ਕਰਮੇ ਨੂੰ ਕਹਿਦੇ, ਮਾੜਾ ਮੋਟਾ ਕਹਿਦੇ ਉਹਨਾਂ ਦੇ, ਲਵੇ ਲੱਗ ਜਾ, ਖੇਤੀ ਪੱਤੀ ਦਾ ਸੰਭਾਲ ਅਗਲੇ ਦੇ ਢਿੱਡ 'ਚ ਵੜ ਜਾ ਕੰਜਰਾ। ਮੈਂ ਤਾਂ ਮਾਂ ਬਥੇਰਾ ਕਹਿਣੀ ਆ, ਉਹੀ ਫਿਰ ਤੂੰ ਕਹੇਗੀ ਤੇਰਾ ਪੁੱਤ ਤੇਰੇ 'ਤੇ ਤਾਂ ਜਮੀ ਨਹੀਂ ਗਿਆ, ਮੇਰੀ ਕਿਹੜਾ ਸੁਣਦਾ, ਮੈਂ ਤਾਂ ਕਿੰਨੇ ਵਾਰੀ ਕਿਹਾ ਵੀ ਉਰੇ ਪੈਰ ਜੇ ਮਾਰਦਾ ਫਿਰਦਾ ਹੁੰਦਾ, ਤੂੰ ਹਰਜੀਤ ਲਵੇ ਵਗ ਜਾ ਕਰ, ਉਹਨੂੰ ਸਹਾਰਾ ਦੇ, ਹੁਣ ਤੈਨੂੰ ਲੋੜ ਹੈ ਸਹਾਰੇ ਦੀ, ਉਹਨੂੰ ਆਪਦੀਆਂ ਗੱਲਾਂ 'ਚ ਲੈ ਲਾ ਹੁਣ। ਨਹੀਂ ਉਹੀ ਤਾਂ ਗੱਲ ਹੈ, ਰਲ ਮਿਲ ਕੇ ਹਾੜੀ ਹੂੜੀ ਵਢਵਾ ਦੇ ਉਹਦੇ ਨਾਲ, ਉਹਦਾ ਜੇ ਸਹਾਰਾ ਬਣੂਗਾ ਫੇਰ ਹੀ ਉਹ ਲਵੇ ਲੱਗੂਗਾ, ਮਿੱਠਾ ਪਿਆਰਾ ਹੋ ਜਾ ਜਮਾ ਹੀ। ਕਾਹਨੂੰ ਮਿੱਠਾ ਪਿਆਰਾ ਹੁੰਦਾ, ਇਹਨੂੰ ਤਾਂ ਜਿੰਨਾ ਮਰਜ਼ੀ ਕਹਿ ਲੈ, ਉਹ ਫਿਰਦਾ ਪੈਰ ਮਾਰਦਾ ਪਤਾ ਨਹੀਂ ਕੀ, ਬੇ ਮੁੰਡਿਆ ਉਰੇ ਆਵੇ, ਪਤਾ ਨਹੀਂ ਕੀ ਕਰਦਾ ਫਿਰਦਾ ਉੱਥੇ ਤਾਣੇ ਬਾਣੇ ਜੇ ਤਣਦਾ, ਇਹਦੇ ਨਹੀਂ ਕੰਮਾਂ ਦਾ ਕੋਈ ਭੇਤ ਆਇਆ, ਨਾਲ ਤਾਂ ਡੱਕਾ ਤੋੜਦਾ ਨਹੀਂ ਹੈਗਾ, ਸਾਰਾ ਦਿਨ ਫਿਰਦਾ ਰਹਿੰਦਾ, ਪਤਾ ਨਹੀਂ ਕੀ ਤਾਂ ਕਰਦਾ ਕੀ ਨਹੀਂ ਕਰਦਾ। ਕੀ ਕਰਨ ਆਏ ਨੇ, ਆ ਜਾ ਹੁਣ, ਲੈ ਦੇਖ ਲੈ ਗੇੜਾ ਪਾ ਕੇ ਐਂ ਦੀ ਆਇਆ, ਇੱਧਰ ਦੀ ਦੂਰ ਸੇ ਉਹ ਕਮਰੇ ਵਿੱਚ ਦੀ ਆ ਗਿਆ ਸਿੱਧਾ, ਦੱਸੋ ਕੀ ਆ। ਬੇ ਮੈਂ ਤੈਨੂੰ ਐਂ ਕਹਿੰਦੀ ਹਾਂ ਵੀਰ, ਨਾਲੇ ਤਾਂ ਆਪਣੀ ਕਣਕ ਦਾ ਦੇਖ ਲੈ, ਕੋਈ ਮੂੰਹ ਸਿਰ ਮਸ਼ੀਨ ਮਸ਼ੂਨ ਪੁੱਛੀ ਆ ਕਿ ਨਾ ਪੁੱਛੀ ਆ, ਉੱਥੇ ਨਾ ਭੋਰ ਦੀ ਚਾਰ ਬੱਲੀਆਂ ਉਹ ਮਸ਼ੀਨ ਪੁੱਛੀ ਹੋਈ ਆ, ਅੱਜ ਤਾਂ ਆਪਣੇ ਵਾਲਿਆਂ ਦੇ ਵੱਢਣਗੇ ਉੱਧਰ ਲਿਆਂਦੇ। ਅੱਛਾ, ਹਾਂ ਆਹ ਦੋ ਦਿਨ ਕਹਿੰਦਾ ਸੀ ਕਹਿੰਦਾ ਦੋ ਦਿਨਾਂ ਬਾਅਦ ਫਿਰ ਆਪਣੇ ਲੱਗੂਗਾ, ਮੈਂ ਬੈੱਡ ਬੁੱਡ ਜੇ ਲਾਈ ਜਾਂਦਾ ਸੀ ਟਰਾਲੀ ਦੇ। ਨਾ ਮੈਨੂੰ ਐਂ ਦੱਸ, ਆਪਣੇ ਵਾਲੇ ਤਾਂ ਆਏ ਕਿ ਵੱਢੂ ਕਣਕ, ਹਾਂ ਤੇ ਤੂੰ ਇੱਥੇ ਬੈਠਾ ਕੀ ਕਰਦਾ, ਤੂੰ ਜਾ ਉਹਨਾਂ ਦੇ ਨਾਲ ਲੱਗ ਲਗਾ ਕੇ ਉਹਨਾਂ ਦੀ ਕਣਕ ਵਢਾ। ਕੋਈ ਨਹੀਂ, ਮੇਰੀ ਵੀ ਗੱਲ ਧਿਆਨ 'ਚ ਹੈ, ਤੂੰ ਫਿਕਰ ਨਾ ਕਰ, ਤੂੰ ਫਿਕਰ ਕਾਹਦਾ ਕਰਦੀ ਆ, ਉਹ ਨਾਲੇ ਜਦੋਂ ਮੈਂ ਉੱਥੇ ਵੱਗ ਗਿਆ ਨਾ ਫਿਰ ਗੱਲ ਉਲਟੀ ਪੈ ਸਕਦੀ ਆ, ਜਦੋਂ ਅਗਲਾ ਆਪਣੇ ਘਰੇ ਆਊ ਨਾ ਆਪਾਂ ਨੂੰ ਕਹਿਣ ਫਿਰ ਗੱਲ ਦਾ ਥੋੜ੍ਹਾ ਸਵਾਦ ਜ਼ਿਆਦਾ ਆਊਗਾ। ਉਹ ਕੋਈ ਗੱਲ ਨਹੀਂ, ਅਗਲੇ ਦੇ ਅੱਖਾਂ ਮੂਹਰੇ ਤਾਂ ਰਹਿ, ਕੀ ਤਾਂ ਦਿਮਾਗ 'ਚ ਅਗਲੇ ਦੇ ਗੱਲ ਛੇਤੀ ਆ ਜੇ। ਇਹਦਾ ਦਿਮਾਗ ਮੋਟਾ ਵੀਰ, ਇਹਨੂੰ ਇਹਦੇ ਨਾਲ ਮੱਥਾ ਮਾਰੀ ਕਰ, ਆਪਦਾ ਮੱਥਾ ਫੋੜੀ ਕਰ ਲੇਗੀ। ਉਹ ਬੀਬੀ ਮੇਰੀ ਗੱਲ, ਮੇਰੀ ਗੱਲ ਸੁਣ, ਉਹ ਆਪਣੇ ਘਰੇ ਤਾਂ ਆਉਣਗੇ ਨਾ ਟਰੈਕਟਰ ਟਰਾਲੀ ਨੂੰ, ਅੱਗੇ ਤਾਂ ਉਹ ਜੱਗੀ ਕੋਲ ਲਿਆਉਂਦਾ ਸੀਗਾ ਉਹਦਾ ਫੱਫੜ ਹਰਜੀਤ ਦਾ, ਓਏ ਹੁਣ ਉਹ ਹੈ ਨਹੀਂ ਗਾ, ਹੁਣ ਕਿ ਟਰੈਕਟਰ ਨੂੰ ਆਪਣੇ ਮੰਗਣ ਆਉਣਗੇ, ਜੇ ਨਾ ਟਰੈਕਟਰ ਮੰਗਣਾ ਹੈ ਤਾਂ ਮੈਨੂੰ ਕਹਿ ਦਿਓ ਤੁਸੀਂ। ਹਾਏ ਬੇ ਰੱਬਾ, ਬੇ ਉਹ ਕਿਹੋ ਟਰੈਕਟਰ ਮੰਗਣ ਆਉਣਗੇ, ਬੇ ਆਪ ਗਲ ਜਾ ਆਪ ਵਗ ਜਾ, ਕਹਿੰਦੇ ਕੋਈ ਨਾ ਭਾਈ ਸਾਡਾ ਟਰੈਕਟਰ ਟਰਾਲੀ ਹਾਜ਼ਰ ਖੜਾ, ਬਿੱਡ ਲਾਇਆ ਖੜਾ, ਜਦੋਂ ਮਸ਼ੀਨ ਆਊਗੀ ਆਪਾਂ ਰਲ ਮਿਲ ਕੇ ਬਿੜੀ ਨਾਲ ਕਣਕ ਵਢਾਵਾਂਗੇ। ਹੈ ਅੱਗੇ ਤਾਂ ਕਹਿੰਦੇ ਚੱਲ ਤੇਰਾ ਫੁੱਫੜ ਸੀਗਾ ਭਾਈ, ਤੇ ਸਾਨੂੰ ਵੀ ਸੋਚ ਨਹੀਂ ਸੀ, ਹੁਣ ਸਾਨੂੰ ਵੀ ਤੇਰੀ ਸੋਚ ਹੈ, ਤੇਰੇ ਦਾਣੇ ਢਵਾਉਣੇ ਨੇ, ਕਹਿੰਦੇ ਅਸੀਂ ਅਗਲੇ ਦੇ ਕੰਜਰਾ ਢਿੱਡ 'ਚ ਵੜ ਜਾ, ਮਿੱਠਾ ਪਿਆਰਾ ਹੋ ਕੇ ਇੱਥੇ ਨਹੁੰ ਚੱਬੀ ਜਾਊਗਾ, ਕਾਸੇ ਦਾ ਲੱਖਣ ਨਿਟਾਈ ਜਾਣੇ, ਨਾਲੇ ਨਹੁੰ ਚੱਬੇ ਤਾਂ ਉਹ ਮਾੜੇ ਹੁੰਦੇ ਨੇ, ਪਛਾੜੀ ਲਿਆ ਦਿੰਦੇ ਨੇ ਘਰੇ, ਮਸਾ ਤਾਂ ਮਾੜੀ ਮੋਟੀ ਬਰਕਤ ਹੋਣ ਲੱਗੀ ਹੈ, ਇਹਨਾਂ ਨੂੰ ਛੱਡ ਦੇ, ਲੈ ਕੇ ਨਹੀਂ ਵੜਦੇ ਸਾਰਿਆਂ ਨੂੰ, ਮੈਂ ਤਾਂ ਕਹਿੰਦੀ ਨਾ ਉਹ ਬੰਦਾ ਚੱਬਦਾ ਜਿਹੜਾ ਦੁਚਿੱਤੀ 'ਚ ਹੋਵੇ, ਆ ਤੁਹਾਡੀਆਂ ਗੱਲਾਂ ਸੁਣ ਕੇ ਮੇਰਾ ਦੋ ਚਿੱਤਾ ਹੋ ਗਿਆ ਵੀ ਉੱਧਰ ਜਾਵਾਂ ਜਾਂ ਉਹ ਇੱਧਰ ਆਉਣਗੇ। ਇਹ ਤਾਂ ਕੁੱਤੇ ਦੀ ਨਸਲ 'ਚੋਂ ਹੈ, ਡਬਲ ਮਾਈਂਡਡ ਬੰਦਾ ਇਹ, ਜੇ ਬਾਂਦਰ ਦੀ ਨਸਲ 'ਚ ਹੋਵੇ, ਚਲਾਕ ਹੁੰਦਾ ਬਾਂਦਰ, ਫਿਰ ਪਤਾ ਲੱਗੇ। ਬਾ ਠੀਕ ਆ, ਸਾਡੇ ਘਰੇ ਹੈ ਤਾਂ ਹੈਗੀਆਂ, ਤੂੰ ਬਾਂਦਰੀ ਖੇਡਾਂ ਪਾਉਣ ਨੂੰ ਪਾਈ ਚੱਲ। ਬੇ ਬਾਂਦਰੀ ਤਾਂ ਇੱਥੇ ਤੱਕ ਲਿਆ ਤੇ ਸੋਡੇ ਤੋਂ ਅੱਜ ਤੱਕ ਸਵਾਹ ਨਹੀਂ ਉੱਡੀ ਤੀ। ਪਤਾ ਹੀ ਆ ਤੇਰਾ। ਹਾਂ ਪਤਾ ਹੀ ਆ। ਚੱਲ ਫਿਰ ਮੈਂ ਉਧਰ ਜਾ ਆਉਂਗਾ। ਵਗ ਜਾ। ਵਗ ਜਾ ਚੁੱਪ ਕਰਕੇ, ਹੋ ਜਾ ਖੜਾ। ਕਹਿੰਦੇ ਆਖ ਭਾਈ ਚੱਲ ਮੈਂ ਕਣਕ ਵਢਾਉਂਗਾ ਸੋਡੀ, ਆਪਾਂ ਬਿੜੀ ਨਾਲ ਕਣਕ ਵੱਢਾਂਗੇ, ਤੂੜੀ ਤੰਦ ਸਾਰਾ ਬਿੜੀ ਨਾਲ ਢੋ ਲਿਓ। ਬੀਬੀ ਹਾਂ ਜਿਆ ਵਾਢੀ ਵਾਢੀ, ਜੇ ਨਾ ਹਰਜੀਤ ਨੂੰ ਕਿਸੇ ਕਿਨਾਰੇ ਲਾਇਆ ਨਾ ਤਾਂ ਮੈਨੂੰ ਕਰਮਾ ਕਿਹਨੇ ਕਹਿਣਾ। ਤੂੰ ਫਿਕਰ ਨਾ ਕਰ, ਤੂੰ ਬਸ ਮੇਰੇ ਨਾਲ ਲੜੋ ਨਾ, ਤੇਲ ਦੇਖ ਤੇਲ ਦੀ ਧਾਰ ਦੇਖ।
ਵੀ ਮੈਨੂੰ ਤਾਂ ਐਂ ਲੱਗਦਾ ਕੜੀ ਦੇ ਡੋਲਣ ਵਾਂਗੂ ਕਰ, ਮੈਂ ਤਾਂ ਇੱਥੋਂ ਕੁਛ ਨਹੀਂ ਹੋਣਾ, ਉਹ ਵੀ ਪੈਰਾਂ ਤੇ ਹੀ ਪਊ। ਮੇਰੀ ਗੱਲ ਸੁਣੇ ਤਾਂ ਪਾਣੀ 'ਚ ਮਧਾਣੀ ਹੈ, ਜਿੰਨੀ ਮਰਜ਼ੀ ਗੇੜੇ ਦਵਾ ਲੈ, ਨਾ ਤਾਂ ਘਿਓ ਆਉਣਾ ਅਤੇ ਨਾ ਉਹਦੀ ਬਣੇ ਲੱਸੀ। ਲੱਸੀ ਕਦੋਂ ਬਣੂਗੀ ਜਦੋਂ ਤੂੰ ਇੱਥੇ ਬੈਠੀ ਹੈ? ਲੱਸੀ ਬਣ ਨਹੀਂ ਦਿੰਦੀ, ਦੁੱਧ ਕੱਢਣਾ ਨਹੀਂ, ਪਾਣੀ ਪਾਦਾ ਨਹੀਂ ਉਹਦੇ 'ਚ। ਫਿਰ ਮੈਂ ਤਾਂ ਉੱਠ ਕੇ ਵਗ ਜਾਂਦੀ ਹਾਂ, ਜੇ ਤਾਂ ਉੱਥੋਂ ਕੋਈ ਬੇੜੀ ਬੰਨੇ ਲੱਗ ਜੂਗੀ। ਉਹ ਚੱਲ ਮੇਰੇ ਨਾਲ ਲੜੋ ਨਾ ਯਾਰ, ਮੈਂ ਆਪਦਾ ਕੰਮ ਆਪ ਕਰਨਾ, ਮੈਨੂੰ ਪਤਾ ਵੀ ਕਿਵੇਂ ਕਰਨਾ, ਕਿਹੜੇ ਤਰੀਕੇ ਨਾਲ ਕਰਨਾ। ਮੈਂ ਤਾਂ ਤੈਨੂੰ ਐਂ ਕਹਿਣੀ ਹਾਂ ਵੀ ਇਹ ਮੌਕਾ ਲਾਸਟ ਹੈ ਆਪਣੇ ਕੋਲ, ਜੇ ਇਹ ਮੌਕਾ ਹੱਥੋਂ ਨਿਕਲ ਗਿਆ ਫਿਰ ਨਹੀਂ ਆਪਣੇ ਹੱਥ ਆਉਂਦੇ ਹੋ, ਫਿਰ ਵੇਲੇ ਨੂੰ ਪਛਤਾਵੇਂਗਾ, ਫਿਰ ਬੈਠਾ ਨਹੀਂ ਹੱਥਾਂ ਤੇ ਹੱਥ ਤਰਕ। ਓਏ ਮੌਕੇ ਦਾ ਤਾਂ ਮੈਨੂੰ ਵੀ ਪਤਾ ਵੀ ਲਾਸਟ ਮੌਕਾ ਗਾ, ਜੇ ਮੈਂ ਤੁਹਾਡੇ ਪਿੱਛੇ ਲੱਗ ਲਿਆ ਕੋਈ ਊਚ ਨੀਚ ਹੋਊਗੀ ਗੱਲ ਦੇ ਵਿੱਚ, ਉਹ ਮੇਰਾ ਤੁਸੀਂ ਢੂਹਾ ਨਾ ਕਟਵਾ ਦਿਓ ਕਿਤੇ। ਕਮਾਲ ਕਰਦੀਆਂ ਤੂੰ, ਓਏ ਸਹਿਜੇ ਸਹਿਜੇ ਕੰਮ ਕਰੀਦਾ ਹੁੰਦਾ, ਹੌਲੀ ਹੌਲੀ। ਬੇ ਕੰਜਰਾ, ਬੇ ਢੂਹਾ ਕਟਾਉਣ ਵਾਲੀਆਂ ਗੱਲਾਂ ਹੀ ਨਾ ਕਰ, ਜਿਹੜੇ ਹਿਸਾਬ ਨਾਲ ਮੈਂ ਕਹਿੰਦੀ ਉਸ ਹਿਸਾਬ ਨਾਲ ਚੱਲ ਪੈ, ਹੋ ਜਾ ਖੜਾ ਜਾਂ ਵਗ ਜਾ ਉਹਨਾਂ ਦੇ ਘਰੇ। ਵਗ ਜਾਣਾ? ਆਹੋ, ਜਾਂ ਕਿਹਾ ਕੀ ਨਹੀਂ ਪੜ ਗਏ ਤਾਂ ਪਤਾ ਨਹੀਂ ਕੀ ਤੇ ਗਿਆ, ਐਡਾ ਸੁਣਨਾ ਹੈ ਨਹੀਂ ਮਾਂ, ਇਹ ਤਲਾਦ ਵੀ ਨਹੀਂ ਮੇਰੇ 'ਤੇ ਗਈ। ਆ ਕਿਹੋ ਜਿਹਾ ਤੇਰਾ ਮੁੰਡਾ? ਪਤਾ ਨਹੀਂ, ਮੈਨੂੰ ਤਾਂ ਆਪ ਨਹੀਂ ਭੇਜਦਾ। ਇਹਦੇ ਮਾਮੇ ਮੂੰਹ 'ਤੇ ਤਾਂ ਨਹੀਂ ਵਗ ਗਿਆ ਇਹ? ਨਹੀਂ ਨਾ, ਇਹ ਮਾਮਿਆਂ 'ਤੇ ਗਿਆ, ਮਾਮਾ ਵੀ ਬਥੇਰਾ ਚਲਾਕ ਹੈ। ਫਿਰ ਇਹ ਕਿਤੇ ਵਗ ਗਿਆ? ਹਾਂਜੀ, ਸਤਿ ਸ੍ਰੀ ਅਕਾਲ। ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।